ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਜਨਤਾ ਦੀ ਆਵਾਜ਼ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਾਫੀ ਚਿਰ ਤੋਂ ਅਸੀਂ ਪੰਥਕ ਮਸਲੇ ਹੋਰ ਜੋ ਵੀ ਪੂਰੇ ਕੌਮ ਔਰ ਕੌਮੀਅਤ ਨੂੰ ਪੂਰੇ ਪੰਜਾਬ ਔਰ ਪੰਜਾਬੀਅਤ ਨੂੰ ਖਾਸ ਕਰਕੇ ਬਾਹਰ ਬੈਠੇ ਜਿਹੜੇ ਸਾਡੇ ਦਰਪੇਸ਼ ਮਸਲੇ ਹਨ ਜਿਨ੍ਹਾਂ ਦੇ ਨਾਲ ਸਾਨੂੰ ਦੋ ਚਾਰ ਹੋਣਾ ਪੈਂਦਾ ਹੈ ਜਿਸ ਦੇ ਨਾਲ ਅਸੀਂ ਵਾਬਸਤਾ ਹਾਂ ਉਹਨਾਂ ਸਾਰਿਆਂ ਬਾਰੇ ਅਸੀਂ ਦੂਰ ਬੈਠੇ ਵੀ ਨਿੱਘੀ ਔਰ ਝਾਤ ਲਾ ਕੇ ਉਸਨੂੰ ਵੇਖਦੇ ਹਾਂ। ਅੱਜ ਜਿਹੜਾ ਵਿਸ਼ਾ ਹੈ ਉਹ ਵੀ ਪੰਜਾਬ ਦੀ ਧਰਤੀ ਤੋਂ ਦੂਰ ਉਸ ਇਲਾਕੇ ਦੀ ਅਸੀਂ ਗੱਲ ਕਰਾਂਗੇ ਜਿਸ ਇਲਾਕੇ ਦੇ ਸਿੱਖੀ ਦੇ ਨਾਲ ਮੁੱਢ ਤੋਂ ਹੀ ਕਾਫੀ ਰਿਸ਼ਤਾ ਰਿਹਾ ਹੈ, ਜਿਸ ਇਲਾਕੇ ਬਾਰੇ, ਜਿਸ ਇਲਾਕੇ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਉਦਾਸੀ ਦੇ ਵਿੱਚ ਉਸ ਦੇ ਇੱਕ ਇੱਕ ਕੋਨੇ ਨੂੰ ਉਹਨਾਂ ਨੇ ਉਲੰਘਿਆ, ਉਹਨਾਂ ਨੇ ਉਸ ਧਰਤੀ ਨੂੰ, ਉਸ ਧਰਤੀ ਦੇ ਉੱਤੇ ਆਪਣੀ ਮਿਹਰ ਦੀ ਨਜ਼ਰ ਪਾਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪੂਰਬ ਦੀ ਯਾਤਰਾ ਸਮੇਂ ਉਸ ਵੇਲੇ ਦੇ ਜਿਤਨੇ ਵੀ ਅਹਿਮ ਹਿੰਦੂ ਤੀਰਥ ਸਨ, ਉਹ ਬ੍ਰਿੰਦਾਵਨ, ਬਨਾਰਸ, ਮਥੁਰਾ, ਅਲਾਹਾਬਾਦ, ਗਯਾ, ਪਟਨਾ ਔਰ ਇਸ ਤੋਂ ਹੁੰਦੇ ਹੋਏ ਉਹ ਇਲਾਕੇ ਵੀ ਜਿਹੜੇ ਕਿ ਧਰਮ ਔਰ ਧਰਮ ਦੇ ਉੱਤੇ ਬੜਾ ਵੱਡਾ ਹਮਲਾ ਸਨ, ਜਿਹੜੇ ਇਨਸਾਨੀਅਤ ਦੇ ਉੱਤੇ ਕਈ ਵਾਰ ਹਮਲਾਵਰ ਹੋ ਜਾਂਦੇ ਸਨ, ਉਹ ਕਾਮਰੂਪ ਦੇਸ਼ ਜਾਂ ਜਿੱਥੇ ਬੰਗਾਲ ਦਾ ਜਾਦੂ ਚੱਲਦਾ ਸੀ ਉਹ ਬੰਗਾਲ ਦਾ ਇਲਾਕਾ, ਜਾਂ ਕਾਮਰੂਪ ਦੇਸ਼ ਜਿਸ ਦੇ ਉੱਤੇ ਮਾਇਆ ਆਪਣਾ ਅਸਰ ਕਰਦੀ ਸੀ, ਮਾਇਆ ਦਾ ਮੋਹ ਜਾਲ ਫੈਲਾਇਆ ਜਾਂਦਾ ਸੀ, ਜਾਂ ਉਹ ਪਾਵਨ ਨਗਰੀ ਜਿਸ ਨੂੰ ਸ਼ਿਵ ਵੱਲੋਂ ਵਸਾਈ ਕਿਹਾ ਜਾਂਦਾ ਸੀ, ਪਰ ਉੱਥੇ ਦੇ ਬਨਾਰਸ ਦੇ ਠੱਗ ਜ਼ਿਆਦਾ ਮਸ਼ਹੂਰ ਹੋ ਚੁੱਕੇ ਸਨ। ਔਰ ਹੁੰਦਿਆਂ ਹੁੰਦਿਆਂ ਇੱਥੇ ਤੱਕ ਨੌਬਤ ਆ ਗਈ ਕਿ ਕਬੀਰ ਸਾਹਿਬ ਨੂੰ ਉਸ ਬਨਾਰਸ ਦੀ ਨਗਰੀ ਨੂੰ ਛੱਡ ਕੇ ਮਗਹਰ ਜਾਣਾ ਪਿਆ ਔਰ ਉਹਨਾਂ ਨੇ ਇੱਕ ਬਹੁਤ ਵੱਡਾ ਭਰਮ ਦੂਰ ਕੀਤਾ। ਆਮ ਤੌਰ ਦੇ ਉੱਤੇ ਕਿਹਾ ਜਾਂਦਾ ਸੀ ਕਿ ਬਨਾਰਸ ਦੇ ਵਿੱਚ ਵਾਰਾਣਸੀ ਜਿਹੜੀ ਸ਼ਿਵਪੁਰੀ ਹੈ, ਇਸ ਵਿੱਚ ਜੋ ਆਪਣਾ ਪ੍ਰਾਣ ਤਿਆਗੇਗਾ ਉਹ ਸਿੱਧਾ ਸਵਰਗ ਨੂੰ ਜਾਏਗਾ। ਪਰ ਉਸ ਗੰਗਾ ਨਦੀ ਦੇ ਦੂਸਰੇ ਕਿਨਾਰੇ ਦੇ ਉੱਤੇ ਵਸੇ ਹੋਏ ਮਗਹਰ ਦੇ ਵਿੱਚ ਅਗਰ ਕੋਈ ਆਪਣੇ ਪ੍ਰਾਣ ਤਿਆਗੇਗਾ ਤਾਂ ਉਹ ਸਿੱਧਾ ਨਰਕ ਨੂੰ ਜਾਏਗਾ। ਗੁਰਪ੍ਰਸਾਦ ਭਰਮ ਕਾ ਨਾਸ, ਭਰਮ ਨੂੰ ਤੋੜਨ ਲਈ ਕਬੀਰ ਸਾਹਿਬ ਨੇ ਇਹ ਕਿਨਾਰਾ ਛੱਡ ਕੇ ਮਗਹਰ ਵਾਲੇ ਪਾਸੇ ਚਲੇ ਗਏ ਔਰ ਉਸ ਜਗ੍ਹਾ ਦੇ ਉੱਤੇ ਰਹੇ। ਗੁਰੂ ਨਾਨਕ ਸਾਹਿਬ ਮਗਹਰ ਦੇ ਵਿੱਚ ਕਬੀਰ ਸਾਹਿਬ ਨੂੰ ਮਿਲਣ ਗਏ। ਬਨਾਰਸ ਦੀ ਉਹ ਧਰਤੀ ਜਿਸ ਨੇ ਇਹ ਲਾਲਚ ਦਿੱਤਾ, ਜਿਸ ਦੇ ਬਾਰੇ ਮਸ਼ਹੂਰ ਹੋ ਗਿਆ, ਗੁਰਬਾਣੀ ਨੇ ਵੀ ਕਿਹਾ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਔਰ ਉਹ ਠੱਗ ਵਿੱਦਿਆ ਇੱਥੇ ਤੱਕ ਪਹੁੰਚ ਗਈ ਕਿ ਜਿਸ ਦੇ ਬਾਰੇ ਗੁਰਬਾਣੀ ਵਿੱਚ ਵੀ ਜ਼ਿਕਰ ਆਇਆ, ਸਿਰ ਕਰਵੱਤਰ ਤਰਾਇਓ, ਉਹ ਕਰਵੱਤਰ ਆਰਾ, ਕਰਵੱਤਰ ਆਰੇ ਨੂੰ ਕਿਹਾ ਜਾਂਦਾ ਹੈ, ਉਹ ਆਰਾ ਅੱਜ ਵੀ ਮੌਜੂਦ ਹੈ। ਕਦੀ ਉਹਨਾਂ ਸਥਾਨਾਂ 'ਤੇ ਜਾ ਕੇ ਵੇਖੋ, ਇੱਕ ਆਰਾ ਲੱਗਾ ਹੋਇਆ ਔਰ ਉਸ ਆਰੇ ਦੇ ਥੱਲੇ ਇੱਕ ਵੱਡਾ ਖੂਹ ਹੈ ਜਿਹੜਾ ਸਿੱਧਾ ਗੰਗਾ ਨੂੰ ਜਾਂਦਾ ਹੈ। ਔਰ ਉਸ ਜਗ੍ਹਾ ਦੇ ਉੱਤੇ ਬ੍ਰਾਹਮਣ ਉਸ ਵੇਲੇ ਪੈਸੇ ਲੈ ਕੇ ਲੋਕਾਂ ਦੇ ਸਿਰ ਕੱਟਦੇ ਸੀ ਕਿ ਇਹ ਸਿੱਧਾ ਸ਼ਿਵਪੁਰੀ ਵਿੱਚ ਪਹੁੰਚ ਗਿਆ। ਇਹ ਜਹਾਲਤ ਦੀ ਇੰਤਹਾ ਸੀ। ਉਸ ਜਗ੍ਹਾ ਦੇ ਉੱਤੇ ਇੱਕ ਵਟ ਵਰਿਕਸ਼ ਹੈ ਜੋ ਹਾਲੇ ਵੀ ਉਸ ਬਨਾਰਸ ਦੀ ਨਗਰੀ ਦੇ ਵਿੱਚ ਹੈ ਔਰ ਉਹ ਦਾਸਤਾਨ ਦੱਸ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਧਰਮ ਦਾ ਵਿਗੜਿਆ ਰੂਪ ਕਿਤਨਾ ਨੁਕਸਾਨ ਪਹੁੰਚਾ ਸਕਦਾ ਹੈ। ਉਹ ਵਟ ਵਰਿਕਸ਼ ਬੋਹੜ ਦਾ ਦਰਖਤ ਹਾਲੇ ਵੀ ਹੈ, ਬਹੁਤ ਉੱਚਾ ਹੈ, ਉਸ ਦੇ ਥੱਲੇ ਇੱਕ ਪੱਥਰ ਦੀ ਵੱਡੀ ਸਿੱਲ ਹੈ। ਲੋਕ ਪੈਸੇ ਦੇ ਕੇ, ਕੀਮਤ ਅਦਾ ਕਰਕੇ ਉਸ ਵਟ ਵਰਿਕਸ਼ ਦੀ ਟੀਸੀ ਦੇ ਉੱਤੇ ਚੜ੍ਹ ਕੇ ਪੁੱਠੇ ਛਾਲ ਮਾਰਦੇ ਸੀ ਤਾਂ ਕਿ ਅਸੀਂ ਸਿੱਧੇ ਸ਼ਿਵਪੁਰੀ ਵਿੱਚ ਪਹੁੰਚ ਗਏ ਹਾਂ, ਸਵਰਗ ਵਿੱਚ ਪਹੁੰਚ ਗਏ ਹਾਂ। ਇਸ ਤੋਂ ਅੱਗੇ ਉਹ ਗਯਾ ਦੀ ਨਗਰੀ, ਜਿਸ ਜਗ੍ਹਾ ਦੇ ਉੱਤੇ ਮਹਾਤਮਾ ਬੁੱਧ ਨੂੰ ਬੋਧ ਵਰਿਕਸ਼ ਜਿੱਥੋਂ ਗਿਆਨ ਪ੍ਰਾਪਤ ਹੋਇਆ, ਪਰ ਉਸ ਤੋਂ ਪਟਨਾ ਸਾਹਿਬ ਨੂੰ ਜਾਂਦਿਆਂ ਇੱਕ ਹੋਰ ਜਗ੍ਹਾ ਸੀ ਜਿਹੜੀ ਨਦੀ ਸੀ, ਜਿਸ ਦਾ ਨਾਮ ਹੀ ਸੀ ਕਰਮਨਾਸ਼ ਨਦੀ। ਕਰਮਨਾਸ਼ ਯਾਨੀ ਉਸ ਦੇ ਬਾਰੇ ਮਸ਼ਹੂਰ ਸੀ ਕਿ ਜਿਹੜਾ ਵਿਅਕਤੀ ਇਸ ਨਦੀ ਦੇ ਵਿੱਚ ਨਹਾ ਲਏਗਾ, ਜਿਸ ਦੇ ਉੱਤੇ ਇਸ ਨਦੀ ਦਾ ਪਾਣੀ ਪੈ ਜਾਏਗਾ, ਉਹ ਸਿੱਧਾ ਨਰਕ ਨੂੰ ਜਾਏਗਾ, ਉਸ ਦੇ ਸਾਰੇ ਕੀਤੇ ਹੋਏ ਪੁੰਨ ਕਰਮ ਖਤਮ ਹੋ ਜਾਣਗੇ। ਗੁਰੂ ਨਾਨਕ ਸਾਹਿਬ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਗੁਰੂ ਨਾਨਕ ਸਾਹਿਬ ਉਚੇਚੇ ਤੌਰ ਦੇ ਉੱਤੇ
उस जगह ते पहुंचे और करमनाश नदी दे विच उन्होंने इशनान किया। ये दर्शाण लई कि यह सब पाखंड है, करम धर्म पाखंड जो दीसे तिन जम जागाती लूटे। इस तो अगे चलदियां होया साहिब श्री गुरु नानक देव जी महाराज पटना साहब की धरती दे उत्ते पहुंचे और उत्थे जाके उन्होंने अपने कोल जिहड़ा हीरा सी जदों भाई मरदाना जी नूं दित्ता कोई उसकी कीमत ना लगा सकिया, हर किसी ने वड्डे जोहरी कोल भेजिया तां उस जोहरी ने 100 रुपया अगे रख दिता। भाई मरदाना जी जदों जाण लगे तां हीरा उत्थे रख के वह कहन लगा इस हीरे की दर्शन भेटा है, वो जगह जिहड़ी कि गुरु नानक साहब ने अपने कृपा दृष्टि नाल वरसाई। उस तो हुंदिया होया फिर रजौली बिहार उस इलाके विच पहुंचे जिस जगह दे उत्ते हाले भी गुरु साहब दे ओ तूणे मठ और गुरुद्वारे हन जिथे उन्होंने कईयां दा उद्धार किया। रजौली दी उस थां दे उत्ते जदों एक साधु जिहड़ा उत्थे वस रहा सी ओ शेर दे उत्ते चढ़ के गुरु साहब नूं डराण आया। उस वेले दी जगह दी जो साखी दसदी है गुरु नानक साहब एक दीवार ते बैठे सन, वह दीवार उस शेर वल तुर पई, वह शेर पुठा दौड़िया। ये जगह रजौली दी और इस तो हुंदिया होया गुरु साहब बंगाल असाम मेघालय उन्हां सारिया थावां दे उत्ते गए। फिर इस तो बाद जगन्नाथपुरी जिथे गुरु साहब ने ओ महान सदीवी करता पुरख की उस उस्तत विच जो आरती उचारी। पर गुरु नानक साहब ने यह जिहड़ियां संगतां कायम कीतियां जगह जगह जाके, इस तो पहले महात्मा बुद्ध ने यह पिरत चलाई सी बुद्धम शरणम गच्छामी धम्मम शरणम गच्छामी संघम शरणम गच्छामी, पर गुरु नानक साहब ने ज्यों पंजाब तो तुरे हैं तो जगह जगह जाके उन्होंने संगतां कायम कीतियां, छोटी संगत बड़ी संगत मैणी संगत, और इन्हां संगतां नूं गुरु घर नाल जोड़ी रखिया। ये संगतां जिहड़ियां कायम होईयां हैरानी दी गल है और कितनी अचंभे वाली गल है, उन्हां ही शाहराहां दे उत्ते उन्हां ही पूर्णियां दे उत्ते उन्हां ही पैड़ां दे उत्ते उन्हां ही कदमां दे उत्ते फिर मुड़ गुरु तेग बहादुर साहब बिल्कुल उही रूट दे उत्ते फिर गए और उन्हां संगतां नूं मुड़ दुबारा रिवाइव किया है, उन्हां संगतां नूं मुड़ गुरु घर नाल जोड़िया मुड़ केंद्र नाल जोड़िया। गुरु साहब ने वह जिहड़े हुक्मनामे उन्हां संगतां नूं जारी किए, गुरु साहब ने उन्हां शहरां दे उन्हां वसनीकां नूं जारी किए, कदी असीं उन्हां हुक्मनामियां दे दर्शन कर लईए साडा सिर चुक जाएगा। उस वेले दे वसनीक जिन्हां नूं असीं पूरबीए भईए और बिहारी कह दिंदे आ, जदों असीं उन्हां नूं उत्तर दे कह दिंदे आ, जदों असीं कई बार हकारत दी नज़र नाल वेखदे हां, ओह किन्नियां महान आत्मावां होणगियां जिन्हां नूं गुरु साहब ने नां लिख लिख के हुक्मनामियां दे विच एक दो दा नहीं संगत दे नां नहीं बल्कि संगत दे किन्ने ही सिखां दे निजी तौर दे उत्ते नाम लिखे हन, जिस तो जाहिर होएगा कि गुरु दा रिश्ता उन्हां नाल किन्ना निघा सी किन्ना पीड़ा सी और कितना प्यार वाला सी कि गुरु एक एक सिख दा नाम लैके उन्हां सिखां नूं मुखातब कर रहे हैं। इत्थे ही नहीं गुरु साहब उन्हां संगतां नूं कह रहे हैं ये छोटी संगत ये बड़ी संगत ये हजूरी संगत ये मेरा घर है ये पक्की संगत। पटने नूं गुरु साहब ने कहा पटना गुरु का घर है, इतना माण उस धरती नूं बख्शिया जिस जगह दे उत्ते गुरु गोबिंद सिंह साहब दा प्रकाश होया। टाके दी संगत नूं हजूर ने कहा यह हजूरी संगत है पक्की संगत हजूरी संगत खास कर यह महान बख्शिशां जिहड़ियां उस धरती नूं प्राप्त होईयां। गुरु नानक साहब ने उन्हां धरती दे उत्ते संगतां कायम कीतियां, गुरु तेग बहादुर साहब ने उन्हां संगतां नूं मुड़ रिवाइव किया, पर कारण की है साडी अणगहली या वक्त दे हालात बदली होए कि असी सारा कुछ भुल गए, असी उह सारा विरसा सारा अपना भुला बैठे कि अज फिर लोड़ नहीं कि अज फिर जरूरत नहीं कि असी मुड़ साडे आगू साडे कौम दे रहबर मुड़ उन्हां संगतां नूं उन्हां राहां नूं फिर गुरु नाल जोड़न। वह बेताब हैं वह जुड़ना चाहते हैं, पूरे बिहार दे विच उत्तर दे विच कई था उन्हां सारियां थावां दे उत्ते हाले भी धूणे हैं हाले भी गुरु नानक नाम लेवा हैं हाले भी नानक पंथी हैं, और हैरानी की गल है
ਉਹਨਾਂ ਥਾਵਾਂ ਦੇ ਉੱਤੇ ਉਹ ਜਿਤਨੇ ਮੱਠ ਹਨ ਕਾਨੂੰਨ ਦੀਆਂ ਕਿਤਾਬਾਂ 'ਚ, ਉਹਨਾਂ ਦੀ ਰਜਿਸਟਰੀ ਦੇ ਵਿੱਚ, ਉਹਨਾਂ ਦੇ ਕਾਗਜ਼ਾਤ ਦੇ ਵਿੱਚ ਮਾਲਕ ਦਾ ਨਾਮ ਕਿਸੇ ਨਿੱਜੀ ਵਿਅਕਤੀ ਦਾ ਨਾਮ ਨਹੀਂ ਲਿਖਿਆ, ਮਾਲਕ ਦਾ ਨਾਮ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ। ਇਹ ਉਹਨਾਂ ਦੀ ਚੇਤਨਤਾ ਹੈ, ਇਹ ਉਹਨਾਂ ਦੀ ਸੂਝ ਹੈ, ਇਹ ਉਹਨਾਂ ਦੀ ਦੂਰਦ੍ਰਿਸ਼ਟੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਉਹ ਜਗ੍ਹਾ ਹਨ। ਉਸ ਸਾਰੇ ਇਲਾਕੇ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਹਨ, ਹੱਥ ਲਿਖਤ ਬੀੜਾਂ ਹਨ, ਹੱਥ ਲਿਖਤ ਗੁਟਕੇ ਹਨ, ਪੋਥੀਆਂ ਹਨ, ਸੈਂਚੀਆਂ ਹਨ। ਪਰ ਲੱਗਦਾ ਹੈ ਸਾਨੂੰ ਉਸ ਸਾਰੇ ਚੀਜ਼ ਦੀ ਕੋਈ ਲੋੜ ਨਹੀਂ। ਸੋ ਇਸ ਪ੍ਰੋਗਰਾਮ ਦਾ ਮਕਸਦ ਉਸ ਚੀਜ਼ ਨੂੰ ਥੋੜ੍ਹੀ ਜਿਹੀ ਵੀ ਚੇਤਨਤਾ ਅਗਰ ਆ ਸਕੇ, ਅਸੀਂ ਉਸ ਦੇ ਬਾਰੇ ਕਦੀ ਖਿਆਲ ਨਹੀਂ ਕੀਤਾ, ਉਹ ਹਾਲੇ ਵੀ ਉਹ ਸਿੱਖ, ਉਸ ਸਿੱਖੀ ਸਰੂਪ ਦੇ ਵਿੱਚ ਉਹ ਜੁੜੇ ਹੋਏ ਹਨ, ਜਿਹੜੇ ਪਰਿਵਾਰ ਗੁਰੂ ਨਾਨਕ ਸਾਹਿਬ ਦੇ ਵੇਲੇ ਬਣੇ ਸਨ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਬਣੇ ਸਨ, ਜਿਹੜੇ ਸਿੱਖ ਇੱਥੋਂ ਵੀ ਗਏ ਸਨ, ਬਾਅਦ ਵਿੱਚ ਵੀ ਉਹਨਾਂ ਨੇ ਆਪਣਾ ਸਿੱਖੀ ਔਰ ਸਿੱਖੀ ਸਰੂਪ ਨੂੰ ਕਾਇਮ ਰੱਖਿਆ। ਉਹ ਜੁੜਨਾ ਚਾਹੁੰਦੇ ਹਨ ਪਰ ਜੋੜਨ ਵਾਲਾ ਨਹੀਂ। ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਉਚੇਚਾ ਇੱਕ ਜ਼ਿਕਰ ਕਰਨੇ ਚਾਹਾਂਗੇ ਕਿ ਬੰਗਾਲ ਦੀ ਉਸ ਧਰਤੀ ਦੇ ਉੱਤੇ ਅੱਜ ਵੀ ਜੇ ਕਹਿ ਲਿਆ ਜਾਏ ਦੀਵਾਨ ਕੌੜਾ ਮੱਲ ਦੀ ਤਰ੍ਹਾਂ ਇੱਕ ਐਸਾ ਸ਼ਖਸ ਹੈ ਜਿਹੜਾ ਕਿ ਅੱਜ ਵੀ ਇਸ ਬਾਰੇ ਬੜੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਇੱਕ ਬੰਗਾਲੀ ਹੁੰਦਿਆਂ ਹੋਇਆਂ, ਇੱਕ ਹਿੰਦੂ ਹੁੰਦਿਆਂ ਹੋਇਆਂ, ਡਾਕਟਰ ਹਿਮਾਦਰੀ ਬੈਨਰਜੀ, ਉਹ ਸ਼ਾਬਾਸ਼ੀ ਦਾ ਬਾਇਸ ਹੈ। ਉਸ ਪ੍ਰੋਫੈਸਰ ਨੇ, ਜਾਧਵਪੁਰ ਯੂਨੀਵਰਸਿਟੀ ਦੇ ਉਸ ਪ੍ਰੋਫੈਸਰ ਨੇ 1945 ਵਿੱਚ ਜਨਮ ਲੈ ਕੇ, ਹਾਲਾਂ ਉਸਦਾ ਫੀਲਡ ਇਕਨੋਮਿਕਸ ਸੀ, ਇਕਨੋਮਿਕਸ ਦਾ ਪ੍ਰੋਫੈਸਰ ਸੀ, ਪਰ 1984 ਔਰ 1980 ਵਿੱਚ ਜੋ ਪੰਜਾਬ ਦੇ ਨਾਲ ਜੋ ਹੋਇਆ, ਜੋ ਸਿੱਖਾਂ ਦੇ ਨਾਲ ਹੋਇਆ, ਉਸਨੂੰ ਪਤਾ ਸੀ ਸਿੱਖ ਕੀ ਹਨ। ਉਸਨੇ ਆਪਣਾ ਰਾਹ ਬਦਲ ਲਿਆ ਔਰ ਉਸਨੇ ਸਿੱਖਾਂ ਦੇ ਉੱਤੇ ਔਰ ਸਿੱਖੀ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਅੰਮ੍ਰਿਤਸਰ ਆਇਆ ਤਾਂ ਜਦੋਂ ਉਸਨੇ ਦੇਖਿਆ, ਜਦੋਂ ਉਹਨੇ ਪੁੱਛਿਆ 1984 ਤੋਂ ਬਾਅਦ ਤਾਂ ਕੀ ਹੋਇਆ, ਤਾਂ ਜਦੋਂ ਉਸਨੇ ਹਾਂ ਦਾ ਨਾਰਾ ਮਾਰਿਆ ਕਿ ਇਹ ਬਹੁਤ ਮਾੜਾ ਹੋਇਆ ਹਰਿਮੰਦਰ ਸਾਹਿਬ ਨਾਲ, ਤਾਂ ਉਸ ਵੇਲੇ ਉਸਦੇ ਨਾਲ ਦੇ ਪ੍ਰੋਫੈਸਰ ਨੇ ਜੋ ਸਿੱਖ ਸੀ ਉਸਨੂੰ ਤੂੰ ਔਰ ਮੈਂ ਕਹਿ ਕੇ ਕਿਹਾ, ਤੂੰ ਹਿੰਦੂ ਹੈ, ਤੂੰ ਕਿਸ ਤਰ੍ਹਾਂ ਕਹਿ ਸਕਦਾ, ਤੂੰ ਇੰਡੀਆ ਗਵਰਨਮੈਂਟ ਦੇ ਨਾਲ ਹੈ। ਉਸਦੀ ਉਸਨੂੰ ਸੱਟ ਵੱਜੀ ਔਰ ਉਹ ਕਹਿੰਦਾ ਕਿ ਜਦੋਂ ਇਹ ਅਦਰਾਈਜ਼ੇਸ਼ਨ ਦਾ, ਇਹ ਜਦੋਂ ਵਖਰੇਵੇਂਪਨ ਦਾ ਜਦੋਂ ਉਹਨੂੰ ਅਹਿਸਾਸ ਹੋਇਆ ਤਾਂ ਉਸਨੇ ਕਿਹਾ ਕਿ ਮੈਂ ਹੁਣ ਆਪਣੀ ਸਾਰੀ ਜ਼ਿੰਦਗੀ ਇਸ ਕੌਮ ਦੇ ਲੇਖੇ ਲਾਵਾਂਗਾ, ਮੈਂ ਇਸ ਦੇ ਉੱਤੇ ਕੰਮ ਕਰਾਂਗਾ। ਫਿਰ ਉਸਨੇ ਉਸ ਅਦਰਾਈਜ਼ੇਸ਼ਨ ਜਿਹੜੀ ਗੱਲ ਕਹੀ ਉਸ ਦੇ ਉੱਤੇ ਉਸਨੇ ਕੰਮ ਸ਼ੁਰੂ ਕੀਤਾ। ਡਾਕਟਰ ਹਿਮਾਦਰੀ ਬੈਨਰਜੀ ਨੇ ਕਈ ਪੁਸਤਕਾਂ, ਕਈ ਸੈਮੀਨਾਰ ਔਰ ਜਿਹੜੀ ਉਸਦੀ 2003 ਦੇ ਵਿੱਚ ਕਿਤਾਬ ਲਿਖੀ, ਉਹਨਾਂ ਦੀ ਕਿਤਾਬ ਦਾ ਨਾਂ ਹੈ ਦੀ ਅਦਰ ਸਿੱਖਸ। ਇੱਕ ਇੱਕ ਸਿੱਖ ਦੇ ਘਰ ਜਾ ਕੇ, ਇੱਕ ਇੱਕ ਸਿੱਖ ਨੂੰ ਮਿਲ ਕੇ, ਉਹ ਜਿਹੜੇ ਸਿੱਖ ਉਸ ਜਗ੍ਹਾ ਦੇ ਵਸਨੀਕ ਹਨ ਉਹਨਾਂ ਦੇ ਨਾਲ ਉਸਨੇ ਆਪਣਾ ਰਿਸ਼ਤਾ ਕਾਇਮ ਕੀਤਾ, ਉਹਨਾਂ ਨੂੰ ਉਹਨੇ ਕਲਮਬੱਧ ਕੀਤਾ। ਔਰ ਇਹ ਨਹੀਂ ਕਿ ਉਹ ਕਰਕੇ ਰੁਕ ਗਿਆ, ਬੰਗਾਲ, ਬਿਹਾਰ, ਅਸਾਮ, ਉੜੀਸਾ, ਮੇਘਾਲਿਆ ਔਰ ਇਹਨਾਂ ਸਾਰੀਆਂ ਥਾਵਾਂ ਦਾ ਡਾਕਟਰ ਹਿਮਾਦਰੀ ਬੈਨਰਜੀ ਨੇ ਕਮਾਲ ਦਾ ਦੌਰਾ ਕੀਤਾ, ਕਮਾਲ ਦੀ ਗੱਲ ਕੀਤੀ। ਇਤਨਾ ਹੀ ਨਹੀਂ, ਉਸ ਕਲਕੱਤੇ ਦੀ ਧਰਤੀ ਨੇ ਸੁਚਿਤਰਾ ਭੱਟਾਚਾਰੀਆ ਨਾਂ ਦੀ ਉਹ ਲੜਕੀ ਜਿਸਨੇ ਤਿਲਜਲਾ ਕਾਂਡ ਦੇ ਉੱਤੇ ਪ੍ਰਵਾਸੀ ਨਾਵਲ ਲਿਖਿਆ ਔਰ ਉਸ ਪੀੜਾ ਨੂੰ ਉਸਨੇ ਜਗ ਜ਼ਾਹਿਰ ਕੀਤਾ। ਇਸ ਦੇ ਨਾਲ ਹੀ ਇੰਦਰਾ ਗੋਸਵਾਮੀ ਨਾਂ ਦੀ ਉਸ ਅਸਮੀਆ ਲੜਕੀ ਨੇ ਵੀ ਕਿ ਲਹੂ ਪਿੱਜੀ ਮਿੱਟੀ ਦੇ ਨਾਂ ਦੇ ਉੱਤੇ ਉਸਨੇ ਕੰਮ ਕੀਤਾ। ਬਹੁਤ ਕੰਮ ਹੋ ਰਿਹਾ ਹੈ ਪਰ ਸਿਰਫ ਇੱਕ ਸ਼ੁਕਰਾਨਾ, ਸਿਰਫ ਇੱਕ ਸ਼ੁਕਰੀਆ ਕਹਿ ਦੇਣਾ ਇਤਨਾ ਹੀ ਉਹਨਾਂ ਲਈ ਬੜਾ ਵੱਡਾ ਇਨਾਮ ਹੋਏਗਾ। ਜਦੋਂ ਪਿੱਛੇ ਕਲਕੱਤੇ ਦੇ ਵਿੱਚ ਡਾਕਟਰ ਹਿਮਾਦਰੀ ਬੈਨਰਜੀ ਨਾਲ ਮੁਲਾਕਾਤ ਹੋਈ, ਉਸ ਦਿਨ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਸੀ, ਪ੍ਰਕਾਸ਼ ਦਿਵਸ ਸੀ। ਉਹ ਕਹਿਣ ਲੱਗਾ, ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਅੱਜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਉੱਤੇ ਮੈਂ ਕੋਈ ਸਿੱਖੀ ਬਾਰੇ ਕੋਈ ਗੱਲ ਕਰ ਰਿਹਾ ਹਾਂ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਮਨ ਵਿੱਚ ਟੀਸ ਹੈ, ਕਿਸੇ ਸਿੱਖ ਨੇ ਮੈਨੂੰ ਫੋਨ ਕਰਕੇ ਗੁਰਪੁਰਬ ਦੀ ਵਧਾਈ ਨਹੀਂ ਦਿੱਤੀ, ਕਿਸੇ ਗੁਰਦੁਆਰੇ ਦੀ ਸਟੇਜ 'ਤੇ ਮੈਨੂੰ ਨਹੀਂ ਬੁਲਾਇਆ ਗਿਆ ਕਿ ਤੂੰ ਵੀ ਆ ਕੇ ਇੱਥੇ ਕੁਛ ਬੋਲ ਲੈ। ਉਸੇ ਕਲਕੱਤੇ ਦੀ ਧਰਤੀ ਦੇ ਉੱਤੇ ਉਹ ਅਗਰਹਰੀ ਸਿੱਖ ਜਿਹੜੇ ਸਾਸਾਰਾਮ ਦੇ ਸਿੱਖ ਹਨ, ਜੋ ਅਜੇ ਵੀ ਉਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਉਹ ਗੁਰਦੁਆਰੇ ਔਰ ਸਾਰਾ ਕੁਛ ਕਾਇਮ ਹੈ, ਪਰ ਆਪਸੀ ਤਾਲਮੇਲ ਨਹੀਂ ਹੈ। ਅਸੀਂ ਸਮਝੀਏ
कि वह सिख जेकर सही मायने दे विच कह लिया जाए तो गुरु साहब दे ओ खास सिख हैं, वह हजूरी सिख हैं, उन्हां दी बख्शिश प्राप्त सिख हैं। सो इस सारे प्रोग्राम का मतलब मकसद यही है। असी कोशिश करांगे डॉक्टर हिमादरी बैनर्जी नाल अगर असी टैलीफोन दे उत्ते उन्हां दे नाल राबता कायम कर सकीए। इस तो पहले असी कुछ तस्वीरां जिहड़ियां जरूर दसनियां चाहवांगे और बड़ी तेजी दे नाल, फिर उस दे बाद असी डॉक्टर साहब नाल कोशिश करांगे। जे स्टूडियो तो असी कोशिश करिए जे मिल जाए लाइन ते नाल अगर वह भी आ जाण ते अगर डॉक्टर साहब मिल सके तां ये बहुत अच्छा होएगा और उन्होंने भी इस गल की बड़ी खुशी होएगी। जदों स्टूडियो च लाइन मिल जाती है तो फिर असी उन्होंने भी कोशिश करिए। तो जिहड़ी तस्वीरां हन, जिहड़ी पहली तस्वीर आप देख रहे हो, ये कमाल दा है। साहिब श्री गुरु तेग बहादुर जी महाराज का यह पावन हुक्मनामा है और ये हुक्मनामा जिहड़ा है साहिब श्री गुरु तेग बहादुर जी ने पटने की संगत को भेजिया और इस हुक्मनामे के उत्ते लिखिया, पटना गुरु का घर है, गोबिंद दास की बधाई उपर संगत खर्च किया, गुरु की दरगाह थाए पिया। पर नाल ही इस दे नाल जिहड़ी सब तो वड्डी चीज़ है वह बड़ी हैरानकुन है कि गुरु साहब कितनी दूर हैं और लिख रहे हैं और उन्हां सिखां दा जिक्र कर रहे हैं। वह सिख कितने वडभागी होणगे जिन्हां दे नाम गुरु साहब ने अपने कलम नाल खुद लिखे हैं। भाई गुरदास जी ने पहले सिखां दा नाम जिक्र किया है तकरीबन 100 सिखां दा, पर वह कितने महान सिख होणगे कि साडे जिहड़े रिसर्च स्कॉलर हैं केवल नास्तिकता का प्रचार करन और होर गल्लां नूं करन लई असी होर कई गल्लां करदे हाँ, वह जिहड़े सिख हैं कि उन्हां बारे कोई रिसर्च नहीं हो सकती। मैं सिर्फ इस हुक्मनामे दे विच्चों उन्हां सिखां दे नाम पढ़िए जिहड़े गुरु साहब ने जिक्र किया है। भाई दयालदास, भाई राम राय, भाई दरबारी, भाई चैन सुख, भाई मेहन चंद, भाई सुभा चंद, भाई जेठमल, भाई डेढ़मल, भाई नंद कौर, भाई दीन दयाल, भाई मेहन चंद नाथ, भाई हीरानंद, भाई राघोदास, भाई पहलाद दास, भाई बंसीधर, भाई मुरलीधर, भाई मोहनदास, भाई नैन सुख, भाई हरकेश, भाई छबीलदास, भाई भगवान दास, भाई सदानंद, भाई कंस्याम, भाई कवल नैन, भाई राम राय, भाई मुरलीधर, भाई सिंघा, भाई संगत दास, भाई बैजनाथ, भाई सुखदेव, भाई चब्बर सिंह, भाई जगमन, भाई छबीलदास, भाई रूपन, भाई लालमन, भाई अनंत दास, भाई सुफेर चंद, भाई नैन सुख, गुलाल चंद, पाल गोपंद, भाई भगता, बिंद्राबन पाला, भाई फेरू, भाई बंसीधर, सुखदेव, भाई माछी, भाई सुचा राम, भाई चैन सुख, भाई हीरानंद, भाई परसराम, भाई मित्रसैन, भाई गजमल, भाई जगदेव, भाई दलपत दास, भाई मलूक दासियां, भाई चेतन, भाई लछुआ, भाई रघुनाथ, भाई फतेह चंद, बेबे पेड़ी, भाई दीनानाथ, भाई प्राणनाथ, सरबत संगत पटने की जिन सिख वाहिगुरु किया है तिसके मनोरथ पूरे होवेंगे, गोबिंद दास की बधाई ऊपर संगत खर्च किया, गुरु की दरगाह थाएं पिया, रुपये की मोहर थाएं पड़ी, पटना गुरु का घर है, संगत का भला हो। सो ए गुरु साहब की निगता, नेड़ता और प्यार सी कि इतने सिखां नूं जाती तौर दे उत्ते, निजी तौर दे उत्ते गुरु साहब उन्हां दे उत्ते रहमत कर रहे हैं। अज कोशिश करिए कि जे उन्हां सिखां दे नाल, उन्हां सिख परिवारां दे नाल, उन्हां दे विरसे दे नाल असी अपने आप नूं जोड़ सकीए। इस तो जो अगली तस्वीर है ये हुक्मनामा साहिब श्री गुरु तेग बहादुर जी का है और इस हुक्मनामे दे विच गुरु साहब ने केवल उन्हां व्यक्तियों बारे नहीं, हजूर ने पटना साहब पहुँच के गुरु तेग बहादुर साहब ने एक हुक्मनामा भेजिया बनारस की संगत दे नाम। इस हुक्मनामे च लिखिया, श्रीधर का खास ध्यान रखना, उसनू चंगी खुराक देनी, अलूफा चंगा देना। बड़ी हैरानी हुई कि यह श्रीधर कौन है। जदों फिर इतिहास चो वाचिया तो उस चो पता लगा कि श्रीधर गुरु साहब के घोड़े का नाम है। दरअसल असी
ਆਪਣੇ ਵਿਰਸੇ ਤੋਂ ਬਹੁਤ ਦੂਰ ਹਾਂ। ਇੱਕ ਗੁਰੂ ਸਾਹਿਬ ਦਾ ਹੁਕਮਨਾਮਾ ਹੈ, ਸੰਗਤ ਮੇਰੇ ਲਈ ਅੱਛੀ ਕਿਸਮ ਦੇ ਹੁੱਕੇ ਭੇਜੇ। ਇਸ ਤੇ ਜ਼ਾਹਿਰ ਹੈ ਕਿ ਕਿਸ ਤਰ੍ਹਾਂ ਦਾ ਰੱਦੇ ਅਮਲ ਇਹ ਅੱਜ ਕੱਲ੍ਹ ਦੇ ਅਖੌਤੀ ਵਿਦਵਾਨ ਔਰ ਬੁੱਧੀਜੀਵੀ ਕਰਨਗੇ। ਪਰ ਜੇਕਰ ਪੁਰਾਤਨ ਡਿਕਸ਼ਨਰੀਜ਼ ਦੇਖੀਆਂ ਜਾਣ, ਭਾਈ ਕਾਨ ਸਿੰਘ ਜੀ ਦਾ ਮਹਾਨ ਕੋਸ਼ ਦੇਖਿਆ ਜਾਏ, ਸਾਰਿਆਂ ਦੇ ਵਿੱਚ ਪੁਰਾਣੀ ਵੋਕੈਬਲਰੀ ਦੇ ਵਿੱਚ ਹੁੱਕੇ ਦਾ ਅਰਥ ਹੈ ਸ਼ੀਸ਼ੇ ਦਾ ਮਰਤਬਾਨ, ਜਵੈਲਰੀ ਬਾਕਸ। ਸੋ ਸਾਨੂੰ ਕਈ ਚੀਜ਼ਾਂ ਆਪਣੇ ਵਿਰਸੇ ਨੂੰ ਸਮਝਣ ਲਈ ਪਛਾਣਨੀਆਂ ਪੈਣਗੀਆਂ। ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ, ਇਹ ਵੀ ਗੁਰੂ ਤੇਗ ਬਹਾਦਰ ਜੀ ਦਾ ਇੱਕ ਹੁਕਮਨਾਮਾ ਹੈ ਔਰ ਇਸ ਹੁਕਮਨਾਮੇ ਦੇ ਵਿੱਚ ਵੀ ਗੁਰੂ ਸਾਹਿਬ ਨੇ ਬਹੁਤ ਸਾਰੇ ਸਿੱਖਾਂ ਦਾ ਜ਼ਿਕਰ ਕੀਤਾ। ਨਾ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਬਲਕਿ ਗੁਰੂ ਹਰਗੋਬਿੰਦ ਸਾਹਿਬ ਵੀ ਬੜੇ ਸਿੱਖਾਂ ਦੇ ਜ਼ਿਕਰ ਕਰਦੇ ਹਨ। ਜਦੋਂ ਵੀ ਉਹ ਲਿਖਦੇ ਹਨ, ਕਿਤਨੇ ਹੀ ਸਿੱਖਾਂ ਦਾ ਨਾਮ ਉਸ ਹੁਕਮਨਾਮੇ 'ਚ ਲਿਖਦੇ ਹਨ। ਇਸ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਖਾਸ ਗੱਲ ਪਟਨੇ ਦੀ ਸੰਗਤ ਨੂੰ ਲਿਖੀ ਹੈ ਕਿ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਦਾ, ਤਾਂ ਉਹਨਾਂ ਨੇ ਲਿਖਿਆ ਹੈ ਹਵੇਲੀ ਵੱਡੀ ਲੈਣੀ ਔਰ ਹਵੇਲੀ ਹਵਾਦਾਰ ਲੈਣੀ। ਇਹਦਾ ਮਤਲਬ ਗੁਰੂ ਸਾਹਿਬ ਬਾਹਰ ਰਹਿੰਦਿਆਂ ਹੋਇਆਂ ਵੀ ਪਰਿਵਾਰਕ ਜ਼ਿੰਮੇਵਾਰੀਆਂ ਪ੍ਰਤੀ ਵੀ ਕਿਤਨੇ ਚੇਤੰਨ ਸਨ। ਅਗਲੀ ਤਸਵੀਰ ਜੋ ਆਪ ਵੇਖ ਰਹੇ ਹੋ, ਇਹ ਵੀ ਹੁਕਮਨਾਮਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਨਾਰਸ ਦੀ ਸੰਗਤ ਦੇ ਨਾਮ ਹੈ ਔਰ ਇਸ ਦੇ ਉੱਤੇ ਵੀ ਜਿਵੇਂ ਗੁਰੂ ਸਾਹਿਬ ਜਿਵੇਂ ਕਰਦੇ ਸੀ, ਸ੍ਰੀ ਸਾਹਿਬ ਦਾ ਚਿੰਨ੍ਹ ਲਾਉਂਦੇ ਸੀ, ਉਹ ਉੱਤੇ ਗੁਰੂ ਸਾਹਿਬ ਨੇ ਸ੍ਰੀ ਸਾਹਿਬ ਦਾ ਚਿੰਨ੍ਹ ਲਗਾਇਆ ਹੈ। ਸ਼ਾਇਦ ਸਾਨੂੰ ਲਾਈਨ ਮਿਲ ਗਈ ਹੈ ਡਾਕਟਰ ਸਾਹਿਬ ਦੀ, ਕਿਹੜੀ? ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹਾਂ ਡਾਕਟਰ ਬੈਨਰਜੀ ਸਾਹਿਬ, ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਸਾਰੇ ਜਸ ਪੰਜਾਬੀ ਦੇ ਦਰਸ਼ਕਾਂ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਔਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਯੂ ਆਰ ਔਨ ਲਾਈਨ ਸਰ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਆਈ ਵਾਸ ਟੈਲਿੰਗ, ਮੈਂ ਦੱਸ ਰਿਹਾ ਸੀ ਆਪਣੇ ਦਰਸ਼ਕਾਂ ਨੂੰ ਤੁਹਾਡੇ ਬਾਰੇ, ਅਸੀਂ ਜਾਣ ਪਛਾਣ ਕਰਾਈ ਹੈ। ਸੋ ਜੋ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਔਰ ਜੋ ਸਿੱਖ ਉੱਥੇ ਰਹਿ ਰਹੇ ਹਨ ਜਿਹੜੇ ਪੁਰਾਣੇ, ਉਹਨਾਂ ਬਾਰੇ ਔਰ ਜੇ ਤੁਸੀਂ ਬਰੀਫਲੀ ਦੱਸ ਸਕੋ ਤੇ ਬਹੁਤ ਖੁਸ਼ੀ ਹੋਏਗੀ। ਜੀ ਡਾਕਟਰ ਸਾਹਿਬ, ਨਹੀਂ ਆਪ ਐਸੇ ਹੈ ਜੋ ਆਪਣੇ ਵਹਾਂ ਕੇ ਸਿੱਖੋ ਕੇ ਬਾਰੇ ਮੇ ਜੋ ਕਾਮ ਕੀਆ ਹੈ ਉਸਕੇ ਬਾਰੇ ਮੇ ਅਗਰ ਆਪ ਕੁਛ ਬਤਾ ਸਕੇ ਹਮਾਰੇ ਦਰਸ਼ਕੋ ਕੋ। ਹਾਂ ਜੀ, ਹਾਂ ਜੀ, ਤੋ ਐਕਚੁਅਲੀ ਇਹ ਕਿਆ ਕਾਲ ਹੈ, ਸ਼ੁਰੂ ਜੀ ਕਿਸੇ ਨੇ ਨਹੀਂ ਲਈ, ਸੋਰੀ ਹਿੰਦੀ, ਜੈਸੇ ਮਰਜ਼ੀ ਆਪ, ਜੋ ਜਿਸ ਮਰਜ਼ੀ ਭਾਸ਼ਾ ਮੇ ਆਪ ਕਰੇ। ਅੱਛਾ, ਦੇ ਡਾਕਟਰ ਜੀ ਅੰਡਰਸਟੈਂਡ ਜੀ। ਐਕਚੁਅਲੀ ਆਈ ਹੈਵ ਬੀਨ ਵਾਕਿੰਗ ਵਿਦ ਦਿਸ ਸਿਸਟਰ ਐਂਡ ਨਾਰਥ Eastern India for the last 3 decades. Ji. Beginning with coastal Odisha, since the time of Guru Nanak's visit in Puri, Ji. Aya Katak, Bhadrak, Ji. And so then Bihar, which has been the historical birthplace of Dasam Padsha, Ji. Then to the Calcutta, then to some parts of Assam Valley, and who are the Assamese Sikhs residing for more than 200 years Jee. In Assamese villages. They do not know Punjabi well, only know Assamese, Jee. But they keep 5 days Jee. Into Meghalaya hills in the city of Shillong. The Sikhs are there for 100 years. And also in the valley of Manipur, where the Sikhs of nearly still today, above 500 Sikhs are there, mm-hmm. the Burma border, as well as in the city of Imphal. Ji. So this is more or less a story which we regard, that is my point, the Sikhs who are not of Punjab,
जी, बट द डिसाइपल्स ऑफ गुरु हु मेंटेन पंच काका एंड खालसा जी का बोलबाला जी, इवन इन द मिडस्ट ऑफ एक्सट्रीम ऑडिटीज डिफिकल्टीज एंड एडवर्स सोशल सिचुएशन जी, टू टॉक इन लोकल लैंग्वेज बट पार्टिसिपेट इन गुरुपुरब जी, प्रोवाइड ए प्लूरल मोजाइक ऑफ सिखिज्म जी अवे फ्रॉम पंजाब, बट इट इज अ बिग क्वेश्चन हाउ फॉर द सिक्स ऑफ पंजाब और ऑफ द सिक्स ऑफ डायस्पोरा आर अवेयर ऑफ दिस जी, दे कॉन्स्टिट्यूट दिस पीपल विल बी कॉन्स्टिट्यूटिंग एट लीस्ट मोर देन 15,000 to 20,000 पीपल इफ नॉट इवन मोर सिक्स जी, ऑफ different shade, different occupation, different culture, and providing a regional profile. Ji. Talk of Sikhism, participate in different festivals, Ji. But they are not forgetful of Guru's blessings. So these Sikhs have been missing in the history of the Sikhs. Ji. Only they are the common Sikhs. जी, but in 24 into 365 they are पक्का सिख जी जी. डॉक्टर साहब, अगर ये सिख पंजाब के सिख इनका उनके साथ संपर्क नहीं स्थापित होता है, उनको क्या उनका भविष्य आप क्या समझते हैं कि वो कायम रह सकेंगे या इनका भविष्य क्या होगा? देखिए जी, इट इज एक सच्चे बात यह है, ये सिख लोग जरूर रहेंगे जी, लेकिन पंजाब को सिखों को मदद मिलने से जी इसको कंडीशन आउट अच्छा होगा. आप खुद भी जाते रहे हैं यूनिवर्सिटीज में, अमृतसर ये लोग के रहने वाले रहेंगे जी, लेकिन क्या है, दे आर द सन्स ऑफ द सॉयल जी, दे आर हियर फॉर 250 साल से, 200 साल से, 300 साल से जी, तो दे हैव बिकम ए पार्ट, इसको वायु, इसको हवा, इसको पानी, इसको कल्चर, इसको साथ एकदम मिलीजुली हो गया है. हाँ जी, हाँ जी. वो लोग तो भी केश पंगा पच्छा कच्छा करा है, लेकिन वो लोग गुरुद्वारा भी है, गुरुपुरब भी है, सिख बोलबाला भी है, लेकिन देयर शुड बी ए डायलॉग जी, तो को तरफ एक एक, एक अच्छा की तरफ डायलॉग ओपन होने से. हाँ जी, इट वुड हैव बीन वेरी नाइस. ओके, डॉक्टर बैनर्जी, आप पंजाब में भी सिख लीडरशिप से भी मिले हैं और श्रोमणी कमेटी से और अलग अलग यूनिवर्सिटी से भी हैं, आपको कोई आशा की किरण नजर आती है उनकी तरफ से कुछ किया जाएगा? वेल, द सिख लीडरशिप perhaps aware of their problem, though not fully, but they should be more aware of the local situation. Gee. They are so, it is my feeling, is so concerned the Sikhs of Punjab. Gee. That they are outside Punjab, nowadays 1/5 of the Sikh population stays. Gee. But the SGPC is the highest Sikh body, ये तो apex parliament है जी, तो जी. parliament के तो ये भी ये लोग तो भी सिख भी की representation की जरूरत है जी, they can communicate, they can participate जी, and the Sikhs of Punjab जी, as well as the leadership जी, should be more interested about the Sikhs of the region. ओके ओके, डॉक्टर साहब, आपको भी मालूम है कि जैसे 1960 से पहले श्रोमणी अकाली दल की तरफ से या चीफ खालसा दीवान की तरफ से पंजाब से बाहर आसाम में, बंगाल में, बिहार में, जैसे अलीगढ़ मिशन था बिहार में भी और कई जगह पर वो एजुकेशनल कॉन्फ्रेंस करते थे, पर ये काफी देर से ये बंद हो चुका है, ये सिलसिला बंद हो गया है, तो क्या ये, अगर ये रिवाइव किया जाए तो इससे आपको लगता है कि कुछ फर्क पड़ेगा? जरूर जी, एटलीस्ट इस तरफ कॉन्फ्रेंस होने से क्या होगा,
देखिए एक कॉन्फ्रेंस 70 ईयर पहले एक कॉन्फ्रेंस हुआ जी खड़गपुर में, अभी सॉरी जमशेदपुर में इतना सीखो है जी, आई एम टोल्ड इट्स पॉपुलेशन इज 1.8 लाख. ओके, इट इज द हाईएस्ट अर्बन सिख कॉन्सेंट्रेशन जी आउटसाइड पंजाब जी जी जी. एटलीस्ट इन जमशेदपुर फॉर एग्जाम्पल जी, देर इज ए, इफ देर कैन बी ए डायलॉग, और इफ इन द सिटी ऑफ कैलकाटा एज देर वॉज ए वर्ड ईस्टर्न इंडियन रीजनल सिख मीटिंग एट इंडोर स्टेडियम इन 1995-97, दैट शुड बी, देर शुड बी ए डायलॉग मोर मीनिंगफुल दैट गोज अकॉर्ड टू एक्सप्रेस जी, बट ट्रेन डज नॉट कन्वे द मैसेज अंटिल द पश्चिम की हवा जी गुरु के डिसाइपल्स को ब्लेसिंग्स द डायलॉग इफ द रीचेस इन दिस पार्ट ऑफ इंडिया. ओके, आप डॉक्टर साहब कलकत्ता में हैं, अग्रहरी सिख जो है, जो सासाराम के अग्रहरी सिख हैं, द सिख्स ऑफ पंजाब आर हार्डली अवेयर ऑफ देम. ओके डॉक्टर साहब, आई रिगार्ड देम द अदर सिख्स. ओके डॉक्टर बैनर्जी, आप कलकत्ता में हैं, कोलकाता में, कलकत्ता नहीं कोलकाता में, तो वहां पर जो पंजाब के सिख हैं, कभी आपने उनसे परामर्श किया है कि वो इसके बारे में कुछ करें? No one has talked. There is unfortunately an allergy I should be telling about the local Sikhs except Sardar Charan Singh ji. Ji, ji. You are associated with Sikh Review. You are on the editorial board of Sikh Review, which is doing a marvelous job. So can't Sikh Review do something in this field? You see, I am a member of the advisory committees. Yes. Charan Singh, as the editor of committee, is an old man. He is the single sensible voice of Sikh at Calcutta. I feel they are hardly aware of the significance of it. ओके डॉक्टर साहब, आपका बहुत बहुत धन्यवाद. डॉक्टर बैनर्जी जी, हाँ डॉक्टर बैनर्जी, आपका बहुत बहुत धन्यवाद है जस पंजाबी के दर्शकों की तरफ से आपका इस प्रोग्राम में आने के लिए, और हमें जी कम्स आउट ऑफ गुरुद्वारा. ओके डॉक्टर बैनर्जी, कैन यू हियर मी? इज एन इम्पोर्टेंट. ओके, ओनली ऑन वन डे दे हैव देयर गुरुपुरब. ओके, सिंगिंग आउट जुलूस. That does not represent Guru's message. Okay, Dr. Banerjee. Have a more dialogue. For example, in 1926 of Calcutta, Ji. Participated in widespread national movement. Six quoted arrest. Ji. Even from Calcutta, a significant number of six went to Nankana Sahib, Ji. Went to many other jathas. Yes. But this form of interaction. Okay. Serious. Dr. Banerjee, can you hear me? Punjab level. Okay, Dr. Banerjee, can you hear me? Yes, I clearly listen to you. Okay. Now, Dr. Saab, हमें आपसे इजाजत लेनी होगी क्योंकि हमें अब समय इजाजत नहीं दे रहा. तो आपका बहुत बहुत धन्यवाद है और आपका इस प्रोग्राम में शामिल होने के लिए और अपना समय देने के लिए. हम आपसे फिर दोबारा कोशिश करेंगे, कभी बात करेंगे. बहुत बहुत धन्यवाद आपका. Thank you. धन्यवाद. सो जस पंजाबी दे सूझवान दर्शकों ने देखिया डॉक्टर हिमाद्री बैनर्जी की जो पीड़ा है, जो उन्होंने लगन है, वह दोनों ही एक्सट्रीम के उत्ते हैं और जितनी तनदेही दे नाल वो काम कर रहे हैं. सो वाहिगुरु करे उस अकाल पुरख की बख्शिश होए असी वो जिहड़ा हिस्सा, जिहड़ा अपना विरसा है जिसनों असी छड़ चुके हाँ, शायद उस नाल असी मुड़ जुड़िए. एक छोटे जे ब्रेक के बाद असी कुछ तस्वीर बड़ी तेजी नाल विखा के फिर असी आप दियां कॉल्स लवांगे. एक छोटा जा ब्रेक. जस पंजाबी दे सूझवान दर्शकों का इस वक्वे के बाद निघा स्वागत है. असी आप दियां कॉल्स लवांगे पर उसते पहला एक दो मिनट के अंदर ही असी वो तस्वीर जिहड़ियां बहुत अहम हैं, जिहड़ियां उस विरसे नाल जुड़न वालियां हन, ते असी आप नूं बेनती करांगे कि स्टूडियो दे नंबर जो स्क्रीन दे उत्ते आ रहे हन उहनां दे उत्ते तुसीं सानूं जरूर कॉल करो ताकि अपने विचार सानूं जरूर पहुँचाओ. जिहड़ी अगली तस्वीर आप देख रहे हो
ਇਹ ਤਸਵੀਰ ਹੈ ਡਾਕਟਰ ਹਿਮਾਦਰੀ ਬੈਨਰਜੀ, ਜਿਹਨਾਂ ਨੇ ਇਤਨੀ ਮਿਹਨਤ ਕਰਕੇ ਇੱਕ ਇੱਕ ਦੇ ਘਰ ਜਾ ਕੇ, ਇੱਕ ਇੱਕ ਇਲਾਕੇ ਦੇ ਵਿੱਚ ਜਾ ਕੇ ਔਰ ਉਹ ਕੰਮ ਕਰ ਰਹੇ ਹਨ ਜਿਹੜਾ ਕਿ ਸ਼ਾਇਦ ਅਸੀਂ ਉਸਦੀ ਦੇਣ ਨਹੀਂ ਦੇ ਸਕਦੇ। ਅਗਲੀ ਤਸਵੀਰ ਜੋ ਹੈ ਇਹ ਇੱਕ ਹੋਰ ਅਸਮੀਆਂ ਲੜਕੀ ਹੈ, ਇਹਨਾਂ ਦਾ ਨਾਂ ਇੰਦਰਾ ਗੋਸਵਾਮੀ ਹੈ, ਜਿਹਨਾਂ ਨੇ 1984 ਦੇ ਉਸ ਕਤਲੇਆਮ ਦੇ ਬਾਅਦ ਇਹਨਾਂ ਨੇ ਲਹੂ ਭਿੱਜੀ ਧਰਤੀ ਦੇ ਨਾਂ ਦੇ ਉੱਤੇ ਇਹਨਾਂ ਨੇ ਇਹ ਨਾਵਲ ਲਿਖਿਆ। ਇਸ ਤੋਂ ਅਗਲੀ ਤਸਵੀਰ ਇਹ ਕਲਕੱਤੇ ਦੀ ਡਾਕਟਰ ਸੁਚਿਤਰਾ ਭੱਟਾਚਾਰੀਆ ਹਨ, ਜਿਹਨਾਂ ਨੇ ਬ੍ਰੋਬਾਸ ਨਾਂ ਦਾ ਇੱਕ ਨਾਵਲ ਲਿਖਿਆ ਕਿ ਕਿਸ ਤਰ੍ਹਾਂ ਉੱਥੇ ਵਸ ਰਹੇ ਆਮ ਸਿੱਖ, ਉਹਨਾਂ ਦੇ ਪਰਿਵਾਰ ਵਿੱਚ ਜੰਮਿਆ ਹੋਇਆ 5 ਸਾਲ ਦਾ ਬੱਚਾ ਰਾਤੋ ਰਾਤ ਕਿਵੇਂ ਉਹ ਪ੍ਰਵਾਸੀ ਬਣ ਗਿਆ, ਕਿਵੇਂ ਉਹ ਵਿਦੇਸ਼ੀ ਬਣ ਗਿਆ। ਇਸ ਤੋਂ ਅਗਲੀ ਤਸਵੀਰ ਜੋ ਸਰਦਾਰ ਸਰਨ ਸਿੰਘ ਜੀ ਦੀ, ਜਿਹਨਾਂ ਦਾ ਉਹ ਜ਼ਿਕਰ ਕਰ ਰਹੇ ਸਨ ਡਾਕਟਰ ਹਿਮਾਦਰੀ ਬੈਨਰਜੀ ਔਰ ਸਿੱਖ ਰਿਵਿਊ ਦੇ ਅੱਜ ਦੇ ਐਡੀਟਰ ਹਨ। ਇਸ ਤੋਂ ਪਹਿਲਾਂ ਕੈਪਟਨ ਭਾਗ ਸਿੰਘ ਜੀ ਇਸ ਦੇ ਐਡੀਟਰ ਰਹੇ ਔਰ ਤਕਰੀਬਨ 60 ਸਾਲ ਤੋਂ ਇਹ ਰਸਾਲਾ ਕੌਮ ਦੀ ਸੇਵਾ ਕਰ ਰਿਹਾ ਹੈ ਔਰ ਵਾਕਈ ਹੀ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ। ਸਾਹ ਸਰਨ ਸਿੰਘ ਬਿਹਾਰ ਦੇ ਚੀਫ ਸੈਕਟਰੀ ਸਨ ਔਰ ਅੱਜ ਕੱਲ੍ਹ ਇਹ ਕਲਕੱਤੇ ਵਿੱਚ ਰਿਟਾਇਰ ਹੋ ਕੇ ਇਹ ਸਿੱਖ ਰਿਵਿਊ ਦੇ ਚੀਫ ਐਡੀਟਰ ਦੇ ਤੌਰ ਦੇ ਉੱਤੇ ਸੇਵਾ ਨਿਭਾ ਰਹੇ ਹਨ। ਇਸ ਤੋਂ ਅਗਲੀ ਤਸਵੀਰ ਆਪ ਜੋ ਵੇਖ ਰਹੇ ਹੋ ਇਹ ਸ਼ੇਖ ਮੁਜੀਬੁਰ ਰਹਿਮਾਨ ਬੰਗ ਬੰਧੂ ਜਿਹਨਾਂ ਨੂੰ ਕਹਿੰਦੇ ਸਨ, ਇਹਨਾਂ ਵਿੱਚ ਇਹਨਾਂ ਦੇ ਨਾਲ ਸਿੱਖ ਰਿਵਿਊ ਦੇ ਫਾਊਂਡਰ ਕੈਪਟਨ ਭਾਗ ਸਿੰਘ ਜੀ ਉਹ ਹਨ ਔਰ ਨਾਲ ਉਹਨਾਂ ਦੇ ਬਿੰਦਰਾ ਸਾਹਿਬ ਜਿਹੜੇ ਟਾਟਾ ਨਗਰ ਦੇ ਵਿੱਚ ਸਨ। ਇਹ ਸਾਰੇ ਇਨ 1971 ਦੀ ਲੜਾਈ ਦੇ ਬਾਅਦ ਸ਼ੇਖ ਮੁਜੀਬੁਰ ਰਹਿਮਾਨ ਨੇ ਢਾਕੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਇਸ ਕਮੇਟੀ ਨੂੰ ਸੌਂਪਿਆ ਸੀ। ਇਸ ਤੋਂ ਅਗਲੀ ਤਸਵੀਰ ਇਹ 1915 ਦਾ ਨਕਸ਼ਾ ਹੈ ਜਿਸ ਦੇ ਵਿੱਚ ਕਈ ਗੁਰਦੁਆਰੇ ਨਿੱਜੀ ਔਰ ਬਾਹਰਲੇ ਉਹਨਾਂ ਦਾ ਇਹ ਨਕਸ਼ਾ ਦਿੱਤਾ ਹੋਇਆ ਹੈ ਜੋ ਕਲਕੱਤੇ ਵਿੱਚ ਸਨ, ਜਿਹੜੇ ਉਸ ਵੇਲੇ ਵੀ ਕਾਫੀ ਸੰਗਤਾਂ ਉੱਥੇ ਮੌਜੂਦ ਸਨ। ਇਸ ਤੋਂ ਅਗਲੀ ਤਸਵੀਰ ਇਹ ਇੱਕ ਪੁਰਾਣੇ ਗੁਰਦੁਆਰਾ ਸਾਹਿਬ ਦੀ ਹੈ ਜਿਹੜਾ ਬਿਹਾਰ ਦੇ ਸਿੱਖਾਂ ਨੇ ਕਲਕੱਤੇ ਦੇ ਵਿੱਚ ਬਣਾਇਆ ਸੀ। ਇਸ ਤੋਂ ਅਗਲੀ ਤਸਵੀਰ ਜੋ ਆਪ ਵੇਖ ਰਹੇ ਹੋ ਨੇਤਾ ਜੀ ਸੁਭਾਸ਼ ਚੰਦਰ ਬੋਸ ਜਦੋਂ ਕਲਕੱਤੇ ਦੇ ਵਿੱਚ ਜਗਤ ਸੁਧਾਰ ਗੁਰਦੁਆਰੇ ਦੇ ਵਿੱਚ ਆਏ, ਇਹਨਾਂ ਦੇ ਨਾਲ ਸਰ ਨਿਰੰਜਨ ਸਿੰਘ ਤਾਲਿਬ ਜੋ ਕਿ ਕਾਂਗਰਸ ਦੇ ਪ੍ਰੈਜ਼ੀਡੈਂਟ ਸਨ ਔਰ ਜਿਹੜੇ ਦੇਸ਼ ਦੀ ਆਜ਼ਾਦੀ ਦੇ ਘੁਲਾਟੀਏ ਸਨ, ਉਹਨਾਂ ਦੀ ਤਸਵੀਰ ਹੈ। ਅਗਲੀ ਤਸਵੀਰ ਇਹ ਮੌਲਾਨਾ ਅਬੁਲ ਕਲਾਮ ਆਜ਼ਾਦ, ਇਹ ਵੀ ਜਗਤ ਸੁਧਾਰ ਗੁਰਦੁਆਰੇ ਦੇ ਵਿੱਚ। ਕਲਕੱਤਾ ਹਮੇਸ਼ਾ ਕੇਂਦਰ ਰਿਹਾ ਹੈ ਸਿੱਖੀ ਦਾ ਔਰ ਸਿੱਖ ਮਸਲਿਆਂ ਦਾ, ਕਿਉਂਕਿ ਜਿਤਨੇ ਵੀ ਭਾਵੇਂ ਉਹ ਬਾਹਰ ਜਾਂਦੇ ਸੀ, ਮਲਾਇਆ ਜਾਂਦੇ ਸੀ ਜਾਂ ਇੰਗਲੈਂਡ ਜਾਂਦੇ ਸੀ, ਭਾਵੇਂ ਉਹ ਕਿਧਰੇ ਵੀ ਕਾਲੇ ਪਾਣੀ ਵੀ ਜਾਂਦੇ ਸੀ ਤਾਂ ਇਸੇ ਰਸਤੇ ਤੋਂ ਜਾਂਦੇ ਸੀ। ਅਗਲੀ ਤਸਵੀਰ ਆਪ ਦੇਖ ਰਹੇ ਹੋ ਇਹ ਅਸਾਮ ਦੇ ਵਿੱਚ ਰਹਿ ਰਹੇ ਇੱਕ ਪਰਿਵਾਰ ਦੀ ਹੈ। ਇਸ ਤੋਂ ਅਗਲੀਆਂ ਦੋ ਤਸਵੀਰਾਂ ਆਪ ਵੇਖੋਗੇ ਉੜੀਆ ਦੇ ਵਿੱਚ ਜਗਨਨਾਥਪੁਰੀ ਦੇ ਵਿੱਚ ਉਹ ਆਰਤੀ ਲਿਖੀ ਹੋਈ ਹੈ ਜਿਹੜੀ ਕਿ ਗਗਨ ਮਹਿਥਾਲ ਰਵਚੰਦ, ਇਹ ਪੰਜਾਬੀ ਦੇ ਵਿੱਚ ਔਰ ਆਪਨੇ ਦੇਖਿਆ। ਅਗਲੀ ਤਸਵੀਰ ਇੱਕ ਹੋਰ ਸਮਾਗਮ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਜਿਹੜੇ ਕਿ ਬਾਅਦ ਵਿੱਚ ਜਿਹਨਾਂ ਨੇ INA ਨੂੰ ਸੰਭਾਲਿਆ, ਹਾਲਾਂ ਇੰਡੀਅਨ ਨੈਸ਼ਨਲ ਆਰਮੀ INA ਦੇ ਫਾਊਂਡਰ ਸਰਦਾਰ ਮੋਹਨ ਸਿੰਘ ਸਨ, ਕੈਪਟਨ ਮੋਹਨ ਸਿੰਘ। ਕੈਪਟਨ ਮੋਹਨ ਸਿੰਘ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਪਰ ਬਾਅਦ ਵਿੱਚ ਨੇਤਾ ਜੀ ਸੁਭਾਸ਼ ਬੋਸ ਨੇ ਉਸ ਦੀ ਕਮਾਂਡ ਲਈ। ਅਗਲੀ ਤਸਵੀਰ ਇਹ ਉਸ ਅੱਜ ਦੇ ਉਹ ਸਿੱਖ ਹਨ ਜਿਹੜੇ ਅਸਾਮ ਦੇ ਮੇਘਾਲਿਆ ਦੇ ਵਿੱਚ ਮਿਜ਼ੋਰਮ ਦੇ ਵਿੱਚ ਜਿਹੜੇ ਵਸ ਰਹੇ ਹਨ। ਇਸ ਤੋਂ ਅਗਲੀ ਤਸਵੀਰ ਇਹ ਅਗਲੀ ਤਸਵੀਰ ਦੇ ਵਿੱਚ ਆਪ ਵੇਖੋਗੇ ਇਹ ਕਿਰਤੀ ਸਿੰਘ ਹੈ ਜਿਹੜਾ ਮੇਘਾਲਿਆ ਦੇ ਵਿੱਚ ਆਪਣੀ ਖੇਤੀ ਕਰ ਰਿਹਾ ਹੈ। ਇਸ ਤੋਂ ਅਗਲੀ ਤਸਵੀਰ ਆਪ ਵੇਖ ਰਹੇ ਹੋ ਇਹ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਹੈ ਜਿਹੜੀ ਕਿ ਮੇਘਾਲਿਆ ਦੇ ਵਿੱਚ ਹੈ। ਇਸ ਤੋਂ ਬਾਅਦ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਹ ਮੇਘਾਲਿਆ ਦੇ ਵਿੱਚ 1940 ਦੇ ਵਿੱਚ ਸਰਦਾਰ ਨਗੀਨਾ ਸਿੰਘ ਦੇ ਪਰਿਵਾਰ ਦੀ ਹੈ। ਡਾਕਟਰ ਸਾਹਿਬ ਦੱਸਦੇ ਹਨ 1940 ਦੇ ਵਿੱਚ ਇਹਨਾਂ ਨੇ ਕਾਰ ਰੱਖੀ ਹੁੰਦੀ ਸੀਗੀ। ਸੋ ਇਸ ਤਰੀਕੇ ਦੇ ਨਾਲ ਆਪਨੇ ਵੇਖਿਆ ਕਿ ਕਿਵੇਂ ਸਿੱਖ ਅੱਜ ਵੀ ਉਸ ਵਿਰਸੇ ਨਾਲ ਉਸੇ ਸਰੂਪ ਦੇ ਵਿੱਚ ਜਿਹੜੇ ਜੁੜੇ ਹੋਏ ਹਨ। ਸੋ ਹੁਣ ਅਸੀਂ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਅਸੀਂ ਵਿਸਥਾਰ ਵਿੱਚ ਨਹੀਂ ਜਾ ਸਕਦੇ ਪਰ ਅਸੀਂ ਆਪਦੀਆਂ ਕਾਲ ਜ਼ਰੂਰ ਲਵਾਂਗੇ। ਹੈਲੋ ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਸਤਨਾਮ ਸਿੰਘ ਸਮਰਾ ਬੋਲ ਰਿਹਾ ਬਫਲੋ ਤੋਂ। ਹਾਂਜੀ ਸਮਰਾ ਸਾਹਿਬ, ਮੈਂ ਥੋੜਾ ਲੇਟ ਆਇਆ, ਮੈਨੂੰ ਮੁੱਦੇ ਬਾਰੇ ਤਾਂ ਨਹੀਂ ਪਤਾ, ਮੈਂ ਕਈ ਦਿਨਾਂ ਤੋਂ ਫੋਨ ਮਿਲਾ ਰਿਹਾ ਸੀ। ਨਹੀਂ ਜੀ ਮੁੱਦਾ ਹੈ, ਮੁੱਦਾ ਕੋਈ ਨੀ ਗਾ, ਮਸਲਾ ਵੀ ਕੋਈ ਨੀ ਗਾ, ਸਿਰਫ ਜਿਹੜੇ ਸਿੱਖ ਅਸੀਂ ਭੁਲਾ ਬੈਠੇ ਹਾਂ ਜਿਹੜੇ ਗੁਰੂ ਸਾਹਿਬ ਦੇ ਵੇਲੇ ਦੇ ਵਸੇ ਉਹਨਾਂ ਦੀ ਗੱਲ ਕਰ ਰਹੇ ਸੀ। ਹਾਂਜੀ ਹਾਂਜੀ,
ਬਹੁਤ ਵਧੀਆ ਗਾਇਆ ਸੋ ਬੜਾ ਸੋਹਣਾ ਪ੍ਰੋਗਰਾਮ ਹੁੰਦਾ ਮੈਂ ਹਮੇਸ਼ਾ ਤੁਹਾਡਾ ਪ੍ਰੋਗਰਾਮ ਲਾਈਕ ਕਰਦਾ ਮੈਂ ਕਹਿੰਦਾ ਹਰ ਟਾਈਮ ਹੀ ਆਉਂਦਾ ਰਹੇ ਤਾਂ ਅੱਛੀ ਗੱਲ ਹੈ ਜੀ 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 ਤੇ ਹੋਰ ਸਭ ਠੀਕ ਠਾਕ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਓਕੇ ਸ਼ੁਕਰੀਆ ਹੈਲੋ ਹੈਲੋ ਯੂ ਆਰ ਆਨਲਾਈਨ ਹਾਂ ਜੀ ਕੌਣ ਬੋਲ ਰਹੇ ਜੀ ਹਾਂ ਜੀ ਲਾਮਾ ਸਾਹਿਬ ਮੈਂ ਪੁੱਛਣਾ ਸੀ ਆਪਣੀ ਜਿਹੜੀ ਸ਼੍ਰੋਮਣੀ ਕਮੇਟੀ ਆ ਜੀ ਹਾਂ ਹੈਲੋ ਹਾਂ ਜੀ ਪ੍ਰੋਗਰਾਮ ਦੇਣ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਸੰਭਾਲੀਏ ਸਮਝੀਏ ਉਹ ਸਾਡਾ ਵਿਰਸਾ ਇਹਨਾਂ ਕੋਲ ਬਹੁਤ ਕੁਛ ਪਿਆ ਗੁਰੂ ਸਾਹਿਬ ਦੇ ਹੁਕਮਨਾਮੇ ਪਏ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਏ ਹੈ ਪੁਰਾਤਨ ਸੋ ਇਸ ਐਂਗਲ ਤੋਂ ਵੀ ਜੇ ਦੇਖਿਆ ਜਾਏ ਤੇ ਬਹੁਤ ਕੁਝ ਵੀ ਆ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਹੁਕਮਨਾਮੇ ਆ ਉਹ ਤਾਂ ਹੈਰਾਨੀ ਆ ਸੋ ਦੇਖ ਕੇ ਹਾਂਜੀ ਪਰ ਚੱਕਰ ਦੇ ਵੀ ਆ ਤਾਂ ਕਿਸੇ ਨੇ ਦਿਖਾਏ ਵੀ ਹੈ ਨਹੀਂ ਪਹਿਲਾਂ ਕਿਸੇ ਨੇ ਆ ਤਾਂ ਬਹੁਤ ਸਗੋਂ ਅਸੀਂ ਤਾਂ ਹੈਰਾਨ ਹੈਗਾ ਦੇਖ ਕੇ ਪਰ ਇਹ ਇੱਥੇ ਤੱਕ ਰੀਚ ਕਰਨਾ ਇਹ ਆਮ ਬੰਦੇ ਦੀ ਗੱਲ ਨਹੀਂ ਹੈਗੀ ਪਰ ਭਾਈ ਸਾਹਿਬ ਬੇਨਤੀ ਕਰੀਏ ਇਹ ਹੁਕਮਨਾਮੇ 40 ਸਾਲ ਪਹਿਲੇ ਦੇ ਛੱਪੇ ਹੋਏ ਹੈ ਪੰਜਾਬੀ ਯੂਨੀਵਰਸਿਟੀ ਡਾਕਟਰ ਗੰਡਾ ਸਿੰਘ ਜੀ ਨੇ ਮਿਹਨਤ ਕਰਕੇ ਅਸੀਂ ਆਪਣੇ ਆਪ ਨੂੰ ਪੜ੍ਹਨ ਦੀ ਆਦਤ ਪਾਈਏ ਅਸੀਂ ਉਸ ਤੋਂ ਇਲਾਵਾ ਵੀ ਉਹ ਖਾਲੀ ਰੋਲੇ ਰੱਪੇ ਤੋਂ ਇਲਾਵਾ ਔਰ ਵੀ ਗਮ ਹੈ ਜ਼ਮਾਨੇ ਮੇਂ ਤੁਹਾਡੀ ਮੁਹੱਬਤ ਕੇ ਸਿਵਾ ਹੋਰ ਵੀ ਬੜੀਆਂ ਗੱਲਾਂ ਅਸੀਂ ਦੇਖੀਏ ਸੋ ਕੋਸ਼ਿਸ਼ ਹੈਗੀ ਹੈ ਚਲੋ ਗੁਰੂ ਕਿਰਪਾ ਕਰੇ ਜੇ ਅਸੀਂ ਇੱਧਰ ਤੁਰ ਪਾਈਏ ਥੈਂਕ ਯੂ ਸ਼ੁਕਰੀਆ ਹੈਲੋ ਹੈਲੋ ਹਾਂਜੀ ਕੌਣ ਬੋਲ ਰਹੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਜੀ ਮੈਂ ਗਿਆਨ ਸਿੰਘ ਬੋਲ ਰਿਹਾ ਸੀਗਾ ਕਿੱਥੋਂ ਮੈਂ ਨਿਊਯਾਰਕ ਤੋਂ ਬੋਲ ਰਿਹਾ ਹਾਂਜੀ ਹਾਂਜੀ ਗਿਆਨ ਸਿੰਘ ਜੀ ਹੁਕਮ ਕਰੋ ਹਾਂਜੀ ਮੈਂ ਤੁਸੀਂ ਆਵਾਜ਼ ਟੀਵੀ ਦੀ ਬੰਦ ਕਰ ਦਿਓ ਫਿਰ ਸਾਡੇ ਨਾਲ ਗੱਲ ਹੋਏਗੀ ਜਿਹੜੇ ਵੀ ਸਾਨੂੰ ਫੋਨ ਕਰਦੇ ਆ ਆਪਣੀ ਟੀਵੀ ਦੀ ਆਵਾਜ਼ ਬੰਦ ਕਰਕੇ ਟੈਲੀਫੋਨ ਰਾਹੀਂ ਕਰੋ ਨਹੀਂ ਤੇ ਆਵਾਜ਼ ਨਹੀਂ ਆਉਂਦੀ ਹਾਂਜੀ ਹਾਂਜੀ ਮੈਂ ਸਿਰਫ ਇੱਕ ਕੁਐਸਚਨ ਸੀਗਾ ਮੇਰਾ ਹਾਂਜੀ ਅਸੀਂ ਆਪਣਾ ਪੁੱਛਣਾ ਚਾਹੁੰਦੇ ਸੀ ਕਿ ਆਪਣਾ ਅੰਮ੍ਰਿਤਸਰ ਦੇ ਵਿੱਚ ਅਰਦਾਸ ਤੋਂ ਬਾਅਦ ਜਨਕਾਰਾ ਕਿਉਂ ਨਹੀਂ ਬੁਲਾਉਂਦੇ ਭਾਈ ਸਾਹਿਬ ਉਹ ਵੱਖਰਾ ਵਿਸ਼ਾ ਅਸੀਂ ਉਹਦੇ ਬਾਰੇ ਜ਼ਰੂਰ ਤੁਹਾਨੂੰ ਦੱਸਾਂਗੇ ਕਿਉਂ ਨਹੀਂ ਬੁਲਾਉਂਦੇ ਤੇ ਪਰ ਇਹ ਜਿਹੜਾ ਵਿਸ਼ਾ ਸੀਗਾ ਅਗਰ ਇਸ ਦੇ ਬਾਰੇ ਤੁਹਾਡੇ ਕੋਲ ਵਿਚਾਰ ਜਾਂ ਸੁਝਾਅ ਹੈ ਤਾਂ ਜ਼ਰੂਰ ਸਾਨੂੰ ਦਿਓ ਠੀਕ ਹੈ ਜੀ ਧੰਨਵਾਦ ਤੁਹਾਡਾ ਹੈਲੋ ਹਾਂਜੀ ਕੌਣ ਬੋਲ ਰਹੇ ਜੀ ਕਿੱਥੋਂ ਬੋਲ ਰਹੇ ਮੈਂ ਗੁਰਦੇਵ ਸਿੰਘ ਬੋਲਦਾ ਨਿਊ ਜਰਸੀ ਤੋਂ ਜੀ ਹਾਂਜੀ ਗੁਰਦੇਵ ਸਿੰਘ ਜੀ ਲੰਬਾ ਸਮਾਂ ਗੱਲ ਕਰ ਬੋਲ ਰਿਹਾ ਜੀ ਮੈਂ ਹਾਂਜੀ ਹੁਕਮ ਕਰੋ ਜੀ ਮਾੜਾ ਤੁਸੀਂ ਮੁੱਦਾ ਇਸ ਗੱਲ ਦਾ ਚੱਕੋ ਕਿ ਸ਼੍ਰੋਮਣੀ ਕਮੇਟੀ ਨਾਲ ਹਿੰਮਤ ਕਰਨੀ ਚਾਹੀਦੀ ਉੱਧਰ ਵੀਰੇ ਨੂੰ ਜੀ ਉਹੀ ਤੇ ਵੀਰ ਜੀ ਬੇਨਤੀ ਕਰ ਰਹੇ ਹਾਂ ਉਹੀ ਤੇ ਦੱਸ ਰਹੇ ਹਾਂ ਕਲਕੱਤੇ ਵਿੱਚ ਵੀ ਸਿੱਖ ਹੈ ਤੁਸੀਂ ਵੀ ਉਹਦੇ ਨਾਲ ਜੁੜੇ ਹੋ ਤੁਹਾਡੇ ਵੀ ਸੰਪਰਕ ਹੈ ਜੋ ਹਰ ਸਿੱਖ ਇਸ ਵੇਲੇ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਬਣ ਕੇ ਕੰਮ ਕਰੇ ਪੰਥ ਦਾ ਨੁਮਾਇੰਦਾ ਹੋ ਕੇ ਕੰਮ ਕਰੇ ਜੀ ਹਾਂਜੀ ਤੁਸੀਂ ਨਾ ਨਿੱਜੀ ਨਾਂ ਲੈ ਕੇ ਆਓ ਆਪਾਂ ਜਿਹੜੇ ਸਿਧਾਂਤਕ ਇਸ ਬਾਰੇ ਇਹਦੇ ਬਾਰੇ ਕੋਈ ਸੁਝਾਅ ਹੈ ਤੇ ਤੁਸੀਂ ਸਾਨੂੰ ਦੇ ਸਕਦੇ ਹੋ ਤੇ ਬਹੁਤ ਮਿਹਰਬਾਨੀ ਜੀ ਇਹ ਤਾਂ ਤੁਹਾਡਾ ਬਹੁਤ ਵਧੀਆ ਸੁਝਾਅ ਤੁਹਾਡਾ ਤੇ ਤੁਹਾਡਾ ਪ੍ਰੋਗਰਾਮ ਹੈ ਜਿਹੜਾ ਬਹੁਤ ਵਧੀਆ ਕਿਉਂਕਿ ਆਪਾਂ ਨੂੰ ਇਹ ਤਾਂ ਪੁਰਾਤਨ ਸਿੰਘਾਂ ਦਾ ਪਤਾ ਤਾਂ ਲੱਗਾ ਪੁਰਾਤਨ ਸਿੰਘ ਹੈਗੇ ਔਰ ਜ਼ਿੰਦਾ ਹੈਗੇ ਆ ਔਰ ਸਾਡੇ ਨਾਲ ਉਹ ਚੰਗੇ ਸਿੱਖ ਹੈ ਸਾਡੇ ਨਾਲ ਪਰ ਮੈਂ ਇੱਕ ਬੜੀ ਛੋਟੀ ਜਿਹੀ ਗੱਲ ਦੱਸਾਂ ਰਜੌਲੀ ਜਿਹੜੇ ਉੱਥੇ ਮੱਠ ਹੈ ਜਿੱਥੇ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਹੈ ਉੱਥੇ ਉਹ ਲੋਕਲ ਬੰਦਿਆਂ ਨੇ ਸਾਂਭਿਆ ਤੇ ਉੱਥੇ ਪੰਜਾਬ ਦਾ ਇੱਕ ਸਿੱਖ ਜਿਹੜਾ ਕਿ ਜਿਹਨੇ ਆਪਣਾ ਢਾਬਾ ਖੋਲਿਆ ਉਹ ਪਿਤਾ ਜੀ ਕੋਲ ਆਇਆ ਕਹਿੰਦਾ ਤੁਹਾਡਾ ਗੁਰੂ ਨਾਨਕ ਇੱਥੇ ਆਇਆ ਸੀ ਉਹ ਜਿਹੜਾ ਪੰਜਾਬੀ ਸਿੱਖ ਸਾਨੂੰ ਕਹਿ ਰਿਹਾ ਤੁਹਾਡਾ ਗੁਰੂ ਨਾਨਕ ਆਇਆ ਸੀ ਸੋ ਇਹ ਤੇ ਸਾਡੀ ਵਿਰਸੇ ਦੇ ਨਾਲ ਸਾਡੀ ਲਗਨ ਹੈ ਖੈਰ ਚਲੋ ਗੁਰੂ ਭਲੀ ਕਰੇਗਾ ਜੇ ਅਸੀਂ ਯਾਦ ਰੱਖਾਂਗੇ ਤੇ ਬਹੁਤ ਕੁਛ ਹੋਏਗਾ ਤੁਸੀਂ ਡਾਕਟਰ ਬੈਨਰਜੀ ਨਾਲ ਸੰਪਰਕ ਕਰੋ ਉਹਨਾਂ ਦੇ ਨਾਲ ਤੁਸੀਂ ਕਰੋ ਔਰ ਤਾਂ ਕਿ ਉਹ ਕੰਮ ਕਰ ਰਹੇ ਹੈ ਔਰ ਉਹਨਾਂ ਦੇ ਨਾਲ ਹੋਰ ਬਹੁਤ ਕਰਨ ਵਾਲੇ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ 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 ਤੁਹਾਡਾ ਬਹੁਤ ਸਾਰਾ ਗਿਆਨ ਵੰਡਣ ਲਈ ਤਕਸੀਮ ਕਰਨ ਲਈ ਤੁਹਾਡਾ ਮੈਂ ਕੋਟਾਨ ਕੋਟ
ਜੁੜਿਆ ਜਾਏ ਜਾਂ ਉਹਨਾਂ ਦੇ ਨਾਲ ਕਿੱਦਾਂ ਜੁੜਿਆ ਜਾਏ? ਤੁਸੀਂ ਜੋ ਕਰ ਰਹੇ ਹੋ ਇਸ ਤੋਂ ਵੱਧ ਕੋਈ ਨੀ ਹੋਰ ਕੁਝ ਕਰ ਸਕਦਾ ਜੀ। ਚਲੋ ਇਹ ਤੇ ਖਾਲੀ ਗੱਲਾਂ ਨਾਲ ਹੀ ਹੋ ਰਿਹਾ ਅਜੇ ਤੇ, ਕੁਛ ਨੀ ਇਸ ਤੋਂ ਬਾਅਦ ਤੇ ਕੁਛ ਕਰ ਨੀ ਸਕਦੇ ਅਸੀਂ ਨਾ। ਜੀ ਗੁਰੂ ਭਲੀ ਕਰੇਗਾ ਜੀ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਵਾਹਿਗੁਰੂ ਖਾਲਸਾ ਫਤਿਹ ਜੀ, ਲਾਂਬਾ ਸਾਹਿਬ ਕੀ ਹਾਲ ਹੈ? ਹਾਲ ਵਧੀਆ, ਕੌਣ ਬੋਲ ਰਹੇ ਜੀ? ਮੈਂ ਰਘਵਿੰਦਰ ਸਿੰਘ ਲਬਾਣਾ ਬੋਲ ਰਿਹਾ ਜੀ, ਅਪਸਟੇਟ ਨਿਊਯਾਰਕ। ਹਾਂਜੀ ਹਾਂਜੀ, ਲਬਾਣਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ, ਹੁਕਮ ਕਰੋ ਵੀਰ ਜੀ। ਹੁਕਮ ਕੀ ਕਰਨੀ ਹੈ, ਬੇਨਤੀਆਂ ਤੁਹਾਡੇ ਅੱਗੇ, ਤੁਹਾਡੇ ਅੱਗੇ ਸਾਨੂੰ ਇੱਕ ਦੋ ਹੋਰ ਵਿਚਾਰ ਵਾਲਾ ਮਿਲ ਜੇ, ਫਿਰ ਤੇ ਬੜੇ ਸਾਨੂੰ ਨੌਲੇਜ ਮਿਲਣ। ਚਲੋ, ਪਹਿਲੀ ਦਫਾ ਹੀ ਆਪਣੀ ਲਾਈਫ ਦੇ ਚ, ਮੇਰੀ 57 ਸਾਲ ਹੋ ਗਈ ਹੈ ਜੀ, ਪਹਿਲੀ ਦਫਾ ਹੀ ਇਹ ਚੀਜ਼ਾਂ ਅਸੀਂ ਦੇਖ ਰਹੇ ਹਾਂ ਜੀ, ਤੇ ਜਿਹੜੀਆਂ ਤੁਸੀਂ ਸਾਨੂੰ ਟੀਵੀ ਤੇ ਦਿਖਾ ਰਹੇ ਹੋ ਹੁਕਮਨਾਮੇ ਜੀ, ਬੜੀ ਤੁਹਾਡੇ ਤੇ ਮਹਾਰਾਜ ਤੁਹਾਡੀ ਉਮਰ ਲੰਮੀ ਲੰਮੀ ਕਰੇ, ਸਾਨੂੰ ਇਹ ਪ੍ਰੋਗਰਾਮ ਹੋਰ ਵਧਾ ਕੇ ਦੱਸੋ ਹੋਰ। ਚਲੋ ਅਸੀਂ ਕੋਸ਼ਿਸ਼ ਕਰਾਂਗੇ, ਗੁਰੂ ਸਾਹਿਬ ਦੇ ਜਿਹੜੇ ਬਾਕੀ ਵੀ ਹੁਕਮਨਾਮੇ ਹੈਗੇ ਆ, ਗੁਰੂ ਸਾਹਿਬ ਦੇ ਜਿਹੜੇ ਹੁਕਮਨਾਮੇ ਹੈ ਉਹਨਾਂ ਦੇ ਨਾਲ ਆਪ ਨੂੰ ਜਾਣ ਪਛਾਣ ਕਰਾਈਏ ਕਿ ਗੁਰੂ ਸਾਹਿਬ ਕਿਸ ਪਿਆਰ ਔਰ ਕਿਸ ਨਿਗਤਾ ਦੇ ਨਾਲ ਇੱਕ ਇੱਕ ਸਿੱਖ ਦਾ ਨਾਂ ਲੈ ਕੇ ਕਰਦੇ ਸੀ। ਇਹ ਤੇ ਅਸੀਂ ਸੁਣਿਆ ਕਿ ਕਲਕੱਤਾ ਦੇ ਵਿੱਚ ਬੜਾ ਤਗੜਾ ਸਾਰੇ ਬ੍ਰਦਰ ਰਹੇ ਨੇ ਉੱਥੇ ਆਰਮੀ ਚ ਜੀ, ਉਹ ਦੱਸਦੇ ਨੇ ਕਿ ਬੜਾ ਤਗੜਾ ਗੁਰਦੁਆਰਾ ਉੱਥੇ ਤੇ ਬੜਾ ਮਨ ਕੇ ਮੰਨਣਾ, ਉਹ ਕਾਫੀ ਸੀ ਦੱਸਦੇ ਉੱਥੇ ਦੀ ਜੀ ਜੀ ਜੀ, ਉਹਨਾਂ ਬੜੀ ਲਿੰਕ ਬੜਾ ਗੁਰਦੁਆਰਾ ਸਾਹਿਬ ਦੇ ਨਾਲ ਹੈ। ਠੀਕ ਹੈ ਜੀ, ਠੀਕ ਹੈ, ਇਸ ਕਰਕੇ ਇਹ ਮੈਂ ਗੱਲਾਂ ਸੁਣੀਆਂ, ਪਰ ਇਹ ਚੀਜ਼ਾਂ ਜੇ ਦੱਸ ਰਹੇ ਤੁਸੀਂ, ਇਹ ਨਹੀਂ ਕਦੇ ਵੀ ਲਾਈਫ ਮੈਂ ਸੁਣੀਆਂ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਹੋਰ ਕਿਰਪਾ ਕਰੋ ਤੁਹਾਨੂੰ ਪਰਮਾਤਮਾ ਹੋਰ ਬਖਸ਼ੇ। ਠੀਕ ਹੈ ਜੀ, ਹੋਰ ਨਵੀਆਂ ਸਾਨੂੰ ਚੀਜ਼ਾਂ ਦਿਖਾਓ ਜੀ। ਠੀਕ ਹੈ ਜੀ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ, ਧੰਨਵਾਦ ਜੀ, ਵਾਹਿਗੁਰੂ ਖਾਲਸਾ ਜੀ। ਹੈਲੋ, ਕੌਣ ਬੋਲ ਰਹੇ ਜੀ? ਹੈਲੋ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦਿਓ ਫਿਰ ਸਾਡੇ ਨਾਲ ਗੱਲ ਕਰੋ। ਹੈਲੋ, ਹਾਂਜੀ, ਜੇ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਟੀਵੀ ਦੀ ਆਵਾਜ਼ ਬੰਦ ਕਰੋ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਬਲਜੀਤ ਸਿੰਘ ਬੋਲ ਰਿਹਾ ਜੀ, ਮਿਸ਼ੀਗਨ ਤੋਂ। ਹਾਂਜੀ ਹਾਂਜੀ ਭਾਈ ਸਾਹਿਬ ਜੀ, ਆਪ ਦੇ ਨਾਲ ਬਹੁਤ ਦੇਰ ਪਹਿਲਾਂ ਗੱਲ ਹੋਈ ਸੀ ਜੀ, ਗੱਲ ਇਸ ਤਰ੍ਹਾਂ ਕਿ ਤੁਸੀਂ ਜਿਹੜਾ ਅੱਜ ਤੁਸੀਂ ਦਿਖਾ ਰਹੇ ਹੋ, ਇਟਸ ਵੈਰੀ ਮਤਲਬ ਕਿ ਇੰਨਾ ਖੁਸ਼ ਹੋਇਆ ਮਨ ਦੇਖ ਕੇ ਜੀ, ਅਸੀਂ ਸੁਣੀਆਂ ਸੀਗੇ ਇਹ ਗੱਲਾਂ। ਹਾਂਜੀ, ਮਗਰ ਅੱਜ ਉਹਦੀ ਕਨਫਰਮੇਸ਼ਨ ਹੋ ਗਈ ਜੋ ਤੁਸੀਂ ਦੱਸ ਰਹੇ ਹੋ। ਨਹੀਂ ਹੈਗਾ ਜੀ, ਅਸੀਂ ਨਾ, ਚਲੋ ਗੁਰੂ ਕਿਰਪਾ ਕਰੇ। ਦੂਸਰੀ ਗੱਲ ਇਹ ਹੈ ਕਿ ਜਿਹੜੇ ਗੁਰਦੁਆਰੇ ਤੁਸੀਂ ਦਿਖਾ ਰਹੇ ਹੋ, ਜੇ ਇਹ ਗੁਰਦੁਆਰੇ ਦੇ ਤੁਸੀਂ ਮਤਲਬ ਕਿ ਫੋਨ ਨੰਬਰ ਔਰ ਐਡਰੈਸਸ ਜੀ, ਔਰ ਉੱਥੇ ਦੀਆਂ ਕੋਈ ਮੈਨੇਜਮੈਂਟ ਕੰਪਨੀਆਂ ਜਿਹੜੀਆਂ ਉਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਜੀ, ਤੇ ਤੁਸੀਂ ਉਹਨਾਂ ਬਾਰੇ ਕੋਈ ਇਨਫੋਰਮੇਸ਼ਨ ਤੁਸੀਂ ਜਾਣ ਤੋਂ ਪਹਿਲਾਂ ਜਾਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਲਾਈਡ ਦੇ ਉੱਪਰ ਦਿਖਾ ਸਕਦੇ ਹੋ ਤਾਂ ਬਹੁਤ ਕੋਸ਼ਿਸ਼ ਕਰਾਂਗੇ ਜੀ। ਵੈਸੇ ਤੁਸੀਂ ਸਾਨੂੰ ਸਟੂਡੀਓ ਦੇ ਉੱਤੇ ਈਮੇਲ ਕਰੋ, ਔਰ ਜਿਹੜੀ ਵੀ ਤੁਸੀਂ ਦਿਓਗੇ ਅਸੀਂ ਡਾਕਟਰ ਬੈਨਰਜੀ ਨੂੰ ਭੇਜਾਂਗੇ ਜਾਂ ਹੋਰਾਂ ਨੂੰ ਭੇਜ ਦਿਆਂਗੇ, ਉਹ ਤੁਹਾਡੇ ਨਾਲ ਜ਼ਰੂਰ ਸੰਪਰਕ ਕਰਨਗੇ ਔਰ ਉਹ ਜੁੜਨਾ ਚਾਹੁੰਦੇ, ਅਸੀਂ ਉਹਨਾਂ ਦੇ ਨਾਲ ਜੁੜਨਾ ਚਾਹੁੰਦੇ ਹਾਂ। ਸੋ info@jaspunjabi.com ਜਾਂ lamba@jaspunjabi.com ਤੇ ਤੁਹਾਨੂੰ ਜਿਹੜੀ ਵੀ ਇਨਫੋਰਮੇਸ਼ਨ ਚਾਹੀਦੀ ਹੈ, ਜਿਹੜੀ ਦੇਣਾ ਚਾਹੁੰਦੇ ਹੋ, ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਹੈਲੋ, ਹੈਲੋ, ਹਾਂਜੀ, ਆਪਣੇ ਲਾਮਾ ਅੰਕਲ ਬੋਲ ਰਹੇ ਜੀ? ਬੋਲ ਰਿਹਾ ਜੀ, ਕੌਣ ਬੋਲ ਰਹੇ ਜੀ? ਹਾਂਜੀ, ਸਤਿ ਸ੍ਰੀ ਅੰਕਲ ਜੀ, ਸਤਿ ਸ੍ਰੀ ਅਕਾਲ। ਹਾਂਜੀ ਦੱਸੋ ਵੀਰ, ਕੌਣ ਬੋਲ ਰਹੇ ਹੋ? ਕੌਣ ਬੋਲ ਰਹੇ ਹੋ ਤੁਸੀਂ? ਨਿਰਵਿਘਨ ਬੋਲ ਰਹੇ, ਨਿਰਵਿਘਨ। ਹਾਂਜੀ ਨਿਰਵਿਘਨ ਜੀ, ਕਿੱਥੋਂ ਬੋਲ ਰਹੇ ਹੋ? ਸਿਆਟਲ ਤੋਂ ਜੀ, ਸਿਆਟਲ ਤੋਂ। ਹਾਂਜੀ ਹੁਕਮ ਕਰੋ ਜੀ। ਮੈਂ ਕਹੀ ਕਹਿੰਦਾ ਤੁਸੀਂ ਬਹੁਤ ਵਧੀਆ ਦਿਖਾਈਆਂ ਜੀ, ਆਪਣੇ ਫੋਟੋਆਂ ਜੀ ਦਿਖਾਈਆਂ, ਦੇਖਿਆ ਬੜਾ ਇਹਦਾ ਗਿਆਨ, ਮੈਨੂੰ ਪਤਾ ਲੱਗਦਾ ਆਪਣੇ ਬਾਰੇ, ਸਿੱਖੀ ਬਾਰੇ ਸਾਰਾ ਪਾਸ ਕੁਛ ਠੀਕ ਹੈ ਜੀ ਹੋ ਰਿਹਾ ਜੀ, ਬੜੀ ਮੈਨੂੰ ਖੁਸ਼ੀ ਹੋਈ। ਮੈਂ ਇਹੀ ਕਹਿਣਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਚਲੋ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ ਅੰਕਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਲੰਬਾ ਸਾਹਿਬ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਰਣਵੀਰ ਸਿੰਘ ਰਾਣਾ ਬੋਲ ਰਿਹਾ ਜੀ। ਹਾਂਜੀ ਹਾਂਜੀ ਰਾਣਾ ਜੀ। ਹਾਂਜੀ, ਪਹਿਲੇ ਤਾਂ ਗੱਲ ਇਹ ਹੈ ਕਿ ਹਾਊ ਵੀ ਗੈਟ ਦਾ ਐਡਰੈਸ ਆਫ ਡਾਕਟਰ ਬੈਨਰਜੀ? ਤੁਸੀਂ ਜਸ ਪੰਜਾਬੀ ਦੇ ਉੱਤੇ ਕਰ ਦਿਓ, ਤੁਹਾਡੀ ਮੇਲ ਉਹਨਾਂ ਨੂੰ ਪਹੁੰਚ ਜਾਏਗੀ, info@jaspunjabi.com ਜਾਂ lamba@jaspunjabi.com ਦੇ ਉੱਤੇ ਕਰ ਦਿਓ, ਅਸੀਂ ਉਹਨਾਂ ਨੂੰ ਪਹੁੰਚਾ ਦੇਵਾਂਗੇ। ਤੇ ਅਸੀਂ ਇੱਥੋਂ ਉਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਵੀ ਹੈਲਪ ਕਰ ਸਕਦੇ ਕਿ ਨਹੀਂ? ਉਹ ਤੁਸੀਂ ਜਿਹੜੀ ਆਪਣੀ ਮੇਲ ਹੈਗੀ ਹੈ ਭੇਜੋ, ਅਸੀਂ ਉਹਨਾਂ ਨੂੰ ਤੁਹਾਡੀ ਮੇਲ ਫਾਰਵਰਡ ਕਰ ਦੇਵਾਂਗੇ ਜੀ। ਅੱਛਾ ਜੀ, ਤੇ ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਰਾਣਾ ਸਾਹਿਬ? ਮੈਂ ਲਾਸ ਏਂਜਲਸ।
ਤੋਂ ਬੋਲ ਰਹੇ ਜੀ। ਠੀਕ ਹੈ ਜੀ, ਆਪ ਦਾ ਮੈਸੇਜ ਪਹੁੰਚ ਗਿਆ, ਤੁਸੀਂ ਸਾਨੂੰ ਮੇਲ ਕਰੋ ਤੇ ਅਸੀਂ ਅੱਗੇ ਡਾਕਟਰ ਸਾਹਿਬ ਨੂੰ ਪਹੁੰਚਾ ਦਿਆਂਗੇ। ਧੰਨਵਾਦ। ਅੱਛਾ, ਸਤਿ ਸ਼੍ਰੀ ਅਕਾਲ। ਹੈਲੋ 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 ਹਾਂਜੀ, ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ? ਹਾਂਜੀ, ਮੈਂ ਯੋਗਿੰਦਰ ਬੋਲ ਰਿਹਾ ਜੀ, ਨਿਊ ਜਰਸੀ ਤੋਂ। ਹਾਂਜੀ ਯੋਗਿੰਦਰ ਜੀ, ਹਾਂਜੀ ਦੱਸੋ, ਹੁਕਮ ਕਰੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਈ ਜਸਟ ਸੋ ਯੋਰ ਪ੍ਰੈਜੈਂਟੇਸ਼ਨ ਤੇ ਮੈਂ ਜਸਟ ਕਰਨਾ ਸੀਗਾ ਕਿ ਇਜ਼ ਇਟ ਪੋਸੀਬਲ ਟੂ ਪੁੱਟ ਇਟ ਆਨਲਾਈਨ ਐਸ ਵੈਲ, ਬਿਕੋਜ਼ ਉਹਨਾਂ ਨਾਲ ਜ਼ਿਆਦਾ ਜਿਹੜੇ ਹੈਗੇ ਆ ਦੇਖ ਸਕਦੇ ਹੈਗੇ ਆ। ਤੁਹਾਡਾ ਸੁਨੇਹਾ ਜਸ ਪੰਜਾਬੀ ਦੇ ਮੈਨੇਜਮੈਂਟ ਤੱਕ ਪਹੁੰਚਾ ਦੇਵਾਂਗੇ। ਨਿਰਣਾ ਉਹਨਾਂ ਦੇ ਹੱਕ ਹੈ, ਇੱਛਾ ਔਰ ਬੇਨਤੀ ਉਹ ਸਾਡਾ ਫਰਜ਼ ਹੈ, ਅਸੀਂ ਆਪ ਆਪ ਦੇ ਵਿਚਾਰ ਉਹਨਾਂ ਤੱਕ ਜ਼ਰੂਰ ਪਹੁੰਚਾ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਹੈਲੋ ਹੈਲੋ ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ। ਕੌਣ ਬੋਲ ਰਹੇ ਜੀ? ਲਾਂਬਾ ਸਾਹਿਬ ਜੀ, ਮੈਂ ਬਲਕਾਰ ਸਿੰਘ ਬੋਲ ਰਿਹਾ ਜੀ, ਅੰਮ੍ਰਿਤਸਰ ਤੋਂ ਜੀ। ਹਾਂਜੀ ਬਲਕਾਰ ਸਿੰਘ ਜੀ, ਹੁਕਮ ਕਰੋ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ, ਧਾਰਮਿਕ ਪ੍ਰੋਗਰਾਮ ਹੈ, ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਕਰਦੇ ਰਿਹਾ ਕਰੋ ਜੀ। ਬਹੁਤ ਅੱਛਾ ਜੀ, ਤੁਹਾਡੀਆਂ ਅਸੀਸਾਂ ਚਾਹੀਦੀਆਂ ਸੰਗਤ ਦੀਆਂ। ਬਹੁਤ ਧੰਨਵਾਦ, ਥੈਂਕ ਯੂ। ਹੈਲੋ 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 ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਪ੍ਰਿਤਪਾਲ ਬੋਲ ਰਿਹਾ ਜੀ, ਨਿਊਯਾਰਕ ਤੋਂ। ਹਾਂਜੀ ਪ੍ਰਿਤਪਾਲ ਸਿੰਘ ਜੀ, ਡਾਕਟਰ ਸਾਹਿਬ ਨਾਲ ਗੱਲ ਕਰਨੀ। ਕਿਹੜੇ ਡਾਕਟਰ ਸਾਹਿਬ ਜੀ? ਲਾਂਬਾ ਸਾਹਿਬ। ਮੈਂ ਡਾਕਟਰ ਨੇ ਜੀ, ਮਰੀਜ਼ ਹਾਂ, ਮੈਂ ਗੁਰਚਰਨਜੀਤ ਸਿੰਘ ਲਾਂਬਾ, ਮੈਂ ਐਡਵੋਕੇਟ ਹਾਂ, ਡਾਕਟਰ ਨਹੀਂ ਹੈਗਾ। ਹਾਂਜੀ ਹਾਂਜੀ, ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਸੀ। ਮੱਧ ਪ੍ਰਦੇਸ਼ ਦੇ ਵਿੱਚ ਵੀ ਇੱਕ ਸੰਗਤ ਹੈ ਹਾਂਜੀ, ਜਿਹਨਾਂ ਨੂੰ ਭੋਪਾਲ ਦੀ ਸੰਗਤ ਉੱਥੋਂ ਗੁਰਦੁਆਰੇ ਵਾਲੇ ਜਾ ਕੇ ਮਿਲੇ ਸੀ, ਉਹਨਾਂ ਦੀ ਕੁਛ ਹੈਲਪ ਕੀਤੀ ਸੀ ਹਾਂਜੀ, ਤੇ ਉਹਦੇ ਬਾਰੇ ਮੈਂ ਤੁਹਾਨੂੰ ਹੋਰ ਜਾਣਕਾਰੀ ਭੋਪਾਲ ਤੋਂ ਲੈ ਕੇ ਦੱਸੂਗਾ। ਉਹਨਾਂ ਨੇ ਤੁਸੀਂ ਸਾਨੂੰ ਨਾ ਈਮੇਲ ਕਰ ਦੇਣਾ, ਅਸੀਂ ਉੱਥੇ ਹੈਲਪ, ਤੁਸੀਂ ਸਾਨੂੰ ਈਮੇਲ ਕਰ ਦੇਣਾ info@jaspunjabi.com ਜਾਂ lamba@jaspunjabi.com ਤੇ, ਤਾਂ ਕਿ ਉਹ ਸਾਡੇ ਲਈ ਬਹੁਤ, ਵੈਸੇ ਭੋਪਾਲ ਦੇ ਵਿੱਚ ਮੱਧ ਪ੍ਰਦੇਸ਼ ਸਾਰੀ ਜਗ੍ਹਾ, ਬੇਲਛਾ ਵਗੈਰਾ ਜਾਂ ਇੰਦੌਰ ਜਾਂ ਹੋਰ ਸਾਰੀਆਂ ਥਾਵਾਂ ਦੇ ਉੱਤੇ ਗੁਰੂ ਸਾਹਿਬ ਦੇ ਪਾਵਨ ਸਥਾਨ ਹੈ। ਕੋਈ ਧਰਤੀ ਹੈ ਹੀ ਨਹੀਂ ਜਿਹੜੀ ਕਿ ਗੁਰੂ ਬਾਬੇ ਦੇ ਉਹਨਾਂ ਚਰਨਾਂ ਤੋਂ, ਉਹਨਾਂ ਕਦਮਾਂ ਤੋਂ ਵਾਂਝੀ ਰਹਿ ਗਈ ਹੋਏ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਦੂਜਾ ਇਹ ਹੈ ਕਿ ਇੱਕ ਡਾਕਟਰ ਭਾਈ ਮਹਾਵੀਰ ਝਾਂਸੀ ਵਾਲੇ ਹੋਏ ਹੈ, ਨਹੀਂ ਨਹੀਂ ਡਾਕਟਰ ਭਾਈ ਮਹਾਵੀਰ ਰਾਜਪਾਲ ਰਹੇ ਮੱਧ ਪ੍ਰਦੇਸ਼ ਦੇ। ਹਾਂਜੀ ਉਹ ਝਾਂਸੀ ਦੇ ਸੀਗੇ, ਭਾਈ ਮਹਾਵੀਰ ਰਹੇ ਹੈ ਜੀ। ਹਾਂਜੀ ਉਹਨਾਂ ਦੀ ਵੀ ਸਟੋਰੀ ਤੁਸੀਂ ਦੱਸ ਸਕਦੇ ਸੰਗਤ? ਕੋਸ਼ਿਸ਼ ਕਰਾਂਗੇ ਜੀ, ਉਹ ਵੀ ਰਹੇ ਹੈ, ਭਾਈ ਮਹਾਵੀਰ ਵੀ ਰਹੇ ਹੈ ਤੇ ਡਾਕਟਰ ਸੁਰੇਸ਼ ਚੰਦਰ ਸ਼ਾਸਤਰੀ ਵੀ ਰਹੇ ਹੈ ਉੱਥੇ ਦੇ, ਜਿਨ੍ਹਾਂ ਨੇ ਬਹੁਤ ਕੰਮ ਕੀਤਾ ਹੈਗਾ ਜੀ। ਨਹੀਂ ਉਹਨਾਂ ਨੂੰ ਡਾਕਟਰ ਭਾਈ ਮਹਾਵੀਰ ਕਿਉਂ ਕਹਿੰਦੇ ਆ ਇਸ ਬਾਰੇ ਮਤਲਬ? ਕੋਸ਼ਿਸ਼ ਕਰਾਂਗੇ ਜੀ, ਕੋਸ਼ਿਸ਼ ਕਰਾਂਗੇ ਜੇ ਤੁਸੀਂ ਵੀ ਸਾਨੂੰ ਭੇਜ ਸਕੋ। ਡਾਕਟਰ ਭਾਈ ਮਹਾਵੀਰ ਨੇ ਕਿ ਉਹਨਾਂ ਨੂੰ ਭਾਈ ਦੀ ਉਪਾਧੀ ਕਿੱਥੋਂ ਮਿਲੀ ਹੋਣਾ। ਅੱਛਾ ਜੇ ਆਪ ਜੀ ਭੇਜ ਸਕੋ ਸਾਨੂੰ ਇਨਫੋਰਮੇਸ਼ਨ ਤੇ ਬਹੁਤ ਚੰਗਾ ਰਹੇਗਾ। ਧੰਨਵਾਦ, ਬਹੁਤ ਧੰਨਵਾਦ, ਥੈਂਕ ਯੂ, ਵਾਹਿਗੁਰੂ ਜੀ ਫਤਿਹ। ਹੈਲੋ ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਘਾਲਿਆ ਦੇ ਤੇ ਪੰਜਾਬ ਦੇ ਸਿੱਖਾਂ ਦੀ ਗੱਲ ਕੀਤੀ ਹੈਗੀ ਹੈ, ਮੇਰਾ ਖਿਆਲ ਹੈ ਇਹਨਾਂ ਦੋਨਾਂ ਸਿੱਖਾਂ ਨੂੰ ਜਿਹੜੀ ਜਗ੍ਹਾ ਬੈਠੇ ਨੇ ਉੱਥੇ ਹੀ ਰਹਿਣ ਦਿਓ, ਕਿਉਂਕਿ ਤੁਹਾਨੂੰ ਪੰਜਾਬ ਦੀ ਜਿਹੜੀ ਸਿੱਖੀ ਹੈਗੀ ਹੈ ਉਹਦੇ ਬਾਰੇ ਸਭ ਲੋਕਾਂ ਨੂੰ ਪਤਾ ਹੈ ਕਿ ਕਿੰਨੇ ਕੁ ਸਿੱਖ ਨੇ ਸਾਡੇ ਪੰਜਾਬ ਦੇ ਵਿੱਚ, ਕਿੰਨੇ ਕੁ ਉੱਥੇ ਨਸ਼ੇ ਚੱਲਦੇ ਨੇ, ਇਹ ਵਿਚਾਰੇ ਇਹ ਕਿਤੇ ਉੱਥੇ ਚਲੇ ਗਏ, ਪੰਜਾਬ ਚਲੇ ਗਏ ਜਾਂ ਪੰਜਾਬ ਦੇ ਸਿੱਖ ਉੱਥੇ ਆ ਗਏ ਤੇ ਇਹਨਾਂ ਨੂੰ ਨਸ਼ੇ ਖਾਣ ਲਾ ਦੇਣਾ ਉਹਨਾਂ ਨੇ। ਚਲੋ ਠੀਕ ਹੈ ਜੀ, ਸੁਣੀ ਹੋਣੀ ਹੈ ਗੁਰੂ ਨਾਨਕ ਸਾਹਿਬ ਦੀ, ਇਹ ਇੱਕ ਨਵਾਂ ਐਂਗਲ ਤੁਸੀਂ ਕੀਤੀ ਕਿ ਭਾਈ ਤੁਸੀਂ ਬਸੇ ਰਹੋ, ਇਹ ਇਹ ਜਿਹੜਾ ਬੰਦਿਆਂ ਨੇ ਸੇਵਾ ਕੀਤੀ ਸੀ ਉਹਨੇ ਕਿਹਾ ਤੁਸੀਂ ਉੱਡ ਜਾਓ। ਹਾਂਜੀ ਇਹ ਨਵਾਂ ਐਂਗਲ ਜਿਹੜਾ ਤੁਸੀਂ ਕਿਹਾ ਕਿ ਜੇ ਇਹਨਾਂ ਦਾ ਮਿਲਾਪ ਪੰਜਾਬ ਦੇ ਸਿੱਖਾਂ ਨਾਲ ਹੋ ਗਿਆ, ਉਹਨਾਂ ਨੂੰ ਸਾਰੀਆਂ ਜਿਹੜੀਆਂ ਆਦਤਾਂ ਪੰਜਾਬ ਚ ਪ੍ਰਚਲਿਤ ਹੈਗੀਆਂ ਨੇ ਉਹ ਸਾਰੀਆਂ ਇਹਨਾਂ ਨੇ ਅਡਾਪਟ ਕਰ ਲੈਣੀਆਂ ਨੇ। ਚਲੋ ਇਹ ਹੁਣ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਆਪ ਜੀ ਨੂੰ ਪਤਾ ਹੈ ਜਿਹੜੇ ਸਿੰਘ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹ ਸਿੱਖੀ ਚ ਫਿਰ ਵੀ ਰੂਪ ਕਾਇਮ ਨੇ, ਉਹਨਾਂ ਦੀ ਆਦਤਾਂ ਵੀ ਚੰਗੀਆਂ ਨੇ। ਚਲੋ ਇਹਦੇ ਬਾਰੇ ਮੈਂ ਨਹੀਂ ਕਹਾਂਗਾ ਕਿਉਂਕਿ ਮੈਂ ਪੰਜਾਬ ਦਾ ਤੇ ਧੁਰਾ ਉਹੀ ਹੈ, ਕੇਂਦਰ ਉਹੀ ਹੈ, ਔਰ ਜੇ ਧੁਰਾ ਠੀਕ ਹੋਏਗਾ ਸਭ ਕੁਛ ਹੋਏਗਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ, ਸ਼ੁਕਰੀਆ, ਥੈਂਕ ਯੂ। ਹੈਲੋ ਹੈਲੋ ਹਾਂਜੀ ਹੈਲੋ ਜਸਪੰਜਾਬੀ, ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ, ਤੁਸੀਂ ਕਿੱਥੋਂ ਬੋਲ ਰਹੇ ਹੋ? ਹਾਂਜੀ ਭੈਣ ਜੀ ਦੱਸੋ, ਜੋ ਟੀਵੀ ਤੇ ਪ੍ਰੋਗਰਾਮ ਆਉਣ ਡਿਆ ਲਾਂਬਾ ਜੀ, ਉਹਨਾਂ ਨਾਲ ਬਾਤ ਕਰਨੀ? ਮੈਂ ਬੋਲ ਰਿਹਾ ਜੀ ਲਾਂਬਾ, ਗੁਰਚਰਨਜੀਤ ਸਿੰਘ ਬੋਲ ਰਿਹਾ। ਦੱਸੋ ਤੁਸੀਂ ਭੈਣ ਜੀ ਕੀ ਕਹਿਣਾ ਚਾਹੁੰਦੇ? ਹੈਲੋ ਹਾਂਜੀ ਹਾਂਜੀ, ਤੁਸੀਂ ਯੂ ਆਰ ਆਨਲਾਈਨ, ਯੂ ਵਾਂਟ ਟੂ ਸੇ ਐਨੀਥਿੰਗ? ਹਾਂਜੀ ਹਾਂਜੀ ਦੱਸੋ।
ਪਾਜੀ ਜੋ ਤੁਹਾਡੇ ਇੱਕ ਦਿਨ ਪ੍ਰੋਗਰਾਮ ਆਇਆ ਸੀ ਕਰਤਾਰਪੁਰ ਦਾ ਕਿਹਨਾਂ ਦਾ ਜੀ ਕਰਤਾਰਪੁਰ ਦਾ ਪ੍ਰੋਗਰਾਮ ਸੀ ਨਾ ਇੱਕ ਦਿਨ ਜੋ ਹਾਂਜੀ 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 ਹੀਰ ਸਾਹਿਬ ਉਹਨਾਂ ਨੇ ਸਾਂਭ ਕੇ ਰੱਖੀ ਆ ਬਾਬਾ ਜੀ ਕਰਮਜੀਤ ਸਿੰਘ ਜੀ ਨੇ ਹਾਂਜੀ ਹਾਂ ਉਹਨਾਂ ਬਾਰੇ ਮੈਂ ਪੁੱਛਣਾ ਚਾਹੁੰਦੀ ਜੀ ਵੀ ਇਹਨਾਂ ਦੀ ਗੱਦੀ ਤੇ ਜੋ ਬਾਬਾ ਵਡਭਾਗ ਸਿੰਘ ਜੀ ਆ ਉਹਨਾਂ ਦੇ ਬਾਰੇ ਤੁਸੀਂ ਮਤਲਬ ਕਹਿੰਦੇ ਵੀ ਉਹ ਪੰਥ ਵਿੱਚ ਨਹੀਂ ਹੈ ਹਾਂਜੀ ਗੱਦੀ ਨਸ਼ੀਨ ਹੈ ਉਹਨਾਂ ਨੂੰ ਸਤਿਗੁਰੂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਮੰਨਦੇ ਉਹ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਹੈ ਉਹ ਵੱਖਰਾ ਗੁਰੂ ਡੰਮ ਹੈ ਜਿਵੇਂ ਬਾਕੀ ਦੇ ਗੁਰੂ ਡੰਮ ਹਨ ਇਸ ਕਰਕੇ ਹੁਕਮਨਾਮਾ ਹੈ ਕਿ ਜਿਤਨੇ ਵੀ ਧੀਰ ਮਲੀਏ ਰਾਮ ਰਾਈਏ ਜਿਹੜੇ ਹੋਰ ਹਨ ਇਹਨਾਂ ਦੇ ਨਾਲ ਕਿਸੇ ਕਿਸਮ ਦਾ ਸੰਪਰਕ ਨਹੀਂ ਰੱਖਣਾ ਸੋ ਅੱਜ ਦਾ ਕਈ ਬੁੱਕਾਂ ਦੇ ਵਿੱਚ ਮਤਲਬ ਪੜਿਆ ਵਾ ਕਿ ਬਾਬਾ ਵਡਭਾਗ ਸਿੰਘ ਜੀ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਉਹਨਾਂ ਨੇ ਪੰਜ ਯੁੱਧ ਵੀ ਕੀਤੇ ਜੀ ਜੀ ਮੈਂ ਇਸ ਕਰਕੇ ਕਹਿ ਰਿਹਾ ਬਿਲਕੁਲ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਅਗਰ ਬਹੁਤ ਸਪਸ਼ਟ ਕਰਦੇ ਆ ਸਿੱਖ ਰਹਿਤ ਮਰਿਆਦਾ ਚ ਲਿਖਿਆ ਹੈ ਅਗਰ ਇਹਨਾਂ ਦੇ ਵਿੱਚੋਂ ਕੋਈ ਅੰਮ੍ਰਿਤ ਛੱਕ ਕੇ ਮੁੜ ਪੰਥ ਵਿੱਚ ਸ਼ਾਮਿਲ ਹੋਣਾ ਚਾਹੇ ਤੇ ਉਸ ਨੂੰ ਮਿਲਾਉਣ ਵਿੱਚ ਕੋਈ ਅੜੀ ਨਹੀਂ ਕਰਨੀ ਕੋਈ ਕਿੰਤੂ ਪਰੰਤੂ ਨਹੀਂ ਪਰ ਅਫਸੋਸ ਨਾਲ ਅੱਜ ਵੀ ਕਈ ਵਿਅਕਤੀ ਜਾਂ ਉਹ ਡੇਰਾ ਜਾਂ ਉਹ ਜਿਹੜੀ ਸੰਪਰਦਾ ਹੈ ਉਹ ਬਾਬਾ ਵਡਭਾਗ ਸਿੰਘ ਨੂੰ ਹੀ ਸਤਿਗੁਰੂ ਕਹਿ ਰਹੀ ਹੈ ਉਸ ਡੇਰੇ ਦੇ ਮੁਖੀ ਨੂੰ ਅੱਜ ਵੀ ਸਤਿਗੁਰੂ ਕਿਹਾ ਜਾ ਰਿਹਾ ਹੈ ਬਜਾਏ ਗੁਰੂ ਗ੍ਰੰਥ ਸਾਹਿਬ ਦੇ ਸੋ ਸਮਾਂ ਸਾਨੂੰ ਹੁਣ ਇਜਾਜ਼ਤ ਨਹੀਂ ਦਿੰਦਾ ਤੇ ਅੱਜ ਦੇ ਇਸ ਪ੍ਰੋਗਰਾਮ ਦੀ ਇਸ ਨੂੰ ਸਮਾਪਤ ਕਰਦਿਆਂ ਕੇਵਲ ਇੱਕ ਗੱਲ ਜਿਹੜੀ ਕਿ ਡਾਕਟਰ ਹਰੀ ਰਾਮ ਗੁਪਤਾ ਨੇ ਲਿਖਿਆ ਹੈ ਕਿ ਉਹ ਸਿੱਖਾਂ ਦੀ ਸਪਿਰਿਟ ਜਿਹੜੀ ਕਾਇਮ ਸੀ ਕਿ ਜਦੋਂ ਇੱਕ ਸਿੱਖ ਨੂੰ ਵੱਡੀ ਐਂਗਲੋ ਸਿੱਖ ਵਾਰ ਦੇ ਬਾਅਦ ਉਸ ਨੂੰ ਫੜ ਕੇ ਕਲਕੱਤੇ ਫੋਰਟ ਵਿਲੀਅਮ ਦੇ ਵਿੱਚ ਲੈ ਗਏ ਤਾਂ ਉਸ ਵੇਲੇ ਗਵਰਨਰ ਜਨਰਲ ਨੇ ਉਸ ਨੂੰ ਕਿਹਾ ਤੁਹਾਨੂੰ ਪਤਾ ਹੈ ਤੁਸੀਂ ਕਿਸ ਦੇ ਨਾਲ ਲੜ ਰਹੇ ਹੋ ਕਿਸ ਤਾਕਤ ਨਾਲ ਲੜ ਰਹੇ ਹੋ ਉਹ ਕਹਿਣ ਲੱਗਾ ਸਾਨੂੰ ਸਭ ਪਤਾ ਹੈ ਤਾਂ ਉਸ ਗਵਰਨਰ ਜਨਰਲ ਨੇ ਕਿਹਾ ਡਲਹੋਜ਼ੀ ਨੇ ਕਿਹਾ ਕਿ ਤੁਹਾਡਾ ਨਿਸ਼ਾਨਾ ਕੀ ਹੈ ਉਸ ਸਿੱਖ ਨੇ ਕਿਹਾ ਸਾਡਾ ਨਿਸ਼ਾਨਾ ਹੈ ਅਸੀਂ ਇੰਗਲੈਂਡ 'ਤੇ ਕਬਜ਼ਾ ਕਰਨਾ ਡਾਕਟਰ ਹਰੀ ਰਾਮ ਗੁਪਤਾ ਲਿਖਦੇ ਹਨ ਤਾਂ ਉਹ ਕਹਿਣ ਲੱਗਾ ਉਸ ਸਿੰਘ ਨੂੰ ਤੁਹਾਨੂੰ ਪਤਾ ਹੈ ਇੰਗਲੈਂਡ ਜਿਹੜਾ ਹੈ ਲੰਡਨ ਇੱਥੋਂ ਕਲਕੱਤੇ ਤੋਂ ਕਿੰਨੀ ਦੂਰ ਹੈ ਉਹ ਕਹਿਣ ਲੱਗਾ ਸਾਨੂੰ ਪਤਾ ਹੈ ਉਹ ਸੱਤ ਸਮੁੰਦਰ ਪਾਰ ਹੈ ਤਾਂ ਡਲਹੋਜ਼ੀ ਨੇ ਕਿਹਾ ਤੁਸੀਂ ਉੱਥੇ ਕਿੱਦਾਂ ਪਹੁੰਚੋਗੇ ਉਸ ਸਰਦਾਰ ਨੇ ਕਿਹਾ ਅਸੀਂ ਕਲਕੱਤੇ ਤੋਂ ਲੈ ਕੇ ਲੰਡਨ ਤੱਕ ਇੱਕ ਪੁੱਲ ਬਣਾ ਦਾਂਗੇ ਇਹ ਸਪਿਰਿਟ ਹੈ ਉਹ ਸਪਿਰਿਟ ਜਿਹੜੀ ਹੈ ਉਹ ਕਾਇਮ ਹੈ ਅੱਜ ਕੋਸ਼ਿਸ਼ ਕਰੀਏ ਇੱਕ ਛੋਟਾ ਜਿਹਾ ਕਾਰਜ ਹੈ ਕਿ ਉਹ ਸਿੱਖ ਜਿਹੜੇ ਕਿ ਗੁਰੂ ਸਾਹਿਬ ਦੇ ਵੇਲੇ ਤੋਂ ਉਸ ਸਿੱਖੀ ਨੂੰ ਸੰਭਾਲ ਕੇ ਬੈਠੇ ਹਨ ਜਿਹਨਾਂ ਨੂੰ ਗੁਰੂ ਸਾਹਿਬ ਨੇ ਆਪਣਾ ਘਰ ਕਿਹਾ ਹੈ ਜਿਸ ਨੂੰ ਗੁਰੂ ਸਾਹਿਬ ਨੇ ਇਹ ਖੁਦ ਹੁਕਮਨਾਮੇ ਦਿੱਤੇ ਹਨ ਤੁਸੀਂ ਮੇਰੇ ਪੁੱਤਰ ਹੋ ਤੁਸੀਂ ਮੇਰੇ ਫਰਜ਼ੰਦ ਹੋ ਤੁਸੀਂ ਮੇਰੇ ਖਾਸ ਹੋ ਅਸੀਂ ਉਹਨਾਂ ਨੂੰ ਜੋੜੀਏ ਨਹੀਂ ਤਾਂ ਅਸੀਂ ਖੁਦ ਉਹਨਾਂ ਨਾਲ ਜੁੜੀਏ ਸੋ ਇਹ ਵਿਚਾਰ ਹਨ ਜਿਹੜੇ ਆਪ ਸਾਨੂੰ ਆਪਣੇ ਵਿਚਾਰਾਂ ਨਾਲ ਜ਼ਰੂਰ ਭੇਜਣਾ ਔਰ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਇਹ ਸਾਨੂੰ ਦੱਸਣਾ ਇਨਫੋ